ਉਧਰ ਜੀ ਕਿਤੇ ਪ੍ਰੋਗਰਾਮ ਤੋਂ ਆਏ ਜੀ ਇੱਕ ਬੰਦਾ ਉਹਨਾਂ ਚ ਮੈਨੂੰ ਜਾਣਦਾ ਸੀ ਜਿਹੜਾ ਸੁਜਿੰਦਾ ਸੀ ਠੀਕ ਆ ਉਹ ਲੈ ਕੇ ਮੇਰੀ ਦੁਕਾਨ ਤੇ ਆ ਗਿਆ ਆਹ ਗੀਤ ਹੈ ਜਿਹੜਾ ਮੈਂ ਮੇਰੀ ਦੁਕਾਨ ਤੇ ਉਹਨਾਂ ਨੂੰ ਦਿੱਤਾ ਜੀ ਰਿਕਾਰਡ ਹੋਣ ਵਾਸਤੇ ਵਿਆਹ ਤੇਰੀ ਭੂਆ ਦੇ ਪੁੱਤ ਦਾ ਆ ਗਿਆ ਸੁੱਖ ਨਾਲ ਵੀ ਲੀ ਰੁੱਤ ਦਾ ਮੈਨੂੰ ਸੂਟ ਸਤਾਰਿਆਂ ਵਾਲਾ ਹੋਵੇ ਕੰਜ ਵਰਗਾ ਉਹ ਕਾਲਾ ਲੈ ਦੀ ਨਾਲ ਦੁਪੱਟਾ ਵੇ ਮਿਲਣ ਬਣ ਕੇ ਜਾਣਾ ਰਾਨੀ ਲਈ ਨੀ ਜੱਟਾ ਵੇ ਬਸ ਇੱਕ ਦਿਨ ਮੈਂ ਸੋਚਿਆ ਵੀ ਕਿਉਂ ਨਾ ਸਦੀਕ ਸਾਹਿਬ ਨੂੰ ਮਿਲਿਆ ਜਾਵੇ ਜੀ ਹੁੰਦਾ ਸ਼ੇਰ ਦੀ ਨਸਲ ਵਿੱਚੋਂ ਜੱਟਨੀ ਭਾਵੇਂ ਜੀਣਾ ਪੈ ਜਾ ਚਾਰ ਦਿਨ ਕੱਟਣੀ ਉਹ ਚਾਰ ਦਿਨ ਕੱਟਣੀ ਆਖੇ ਬਾਪੜੇ ਵਾਲਾ ਆਖੇ ਬਾਪੜੇ ਵਾਲਾ ਨੀ ਪੁੱਤ ਜੱਟ ਦਾ ਫੁੱਕ ਕੇ ਕਦੇ ਨਾ ਚੱਟਦਾ ਉਹ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟ ਦਾ ਕਹਿੰਦਾ ਹੁਣ ਤੂੰ ਸਾਈਕਲ ਚਲਾਉਣਾ ਜੀ ਮਿਸਤਰੀ ਤਾਂ ਨਹੀਂ ਹੈ ਕਹਿੰਦਾ ਜਿੱਦੇ ਚ ਨੁਕਸ ਪੈ ਗਿਆ ਤੈਨੂੰ ਪਤਾ ਲੱਗੂਗਾ ਵਾਹ ਬਿਲਕੁਲ ਵੀ ਅੱਜ ਕੋਈ ਪ੍ਰੋਬਲਮ ਹੈ ਤੇਰੀ ਵੱਡੀ ਪਰ ਜਾਈ ਜਿਹੜੀ ਪਿੱਛੇ ਮੰਗਲੇ ਨੂੰ ਸੀ ਯੂਪੀ ਤੋਂ ਮੰਗਾਈ ਉਹਨੂੰ ਕੱਢ ਕੇ ਸਵੇਰੇ ਕੋਈ ਹੋਰ ਲੈ ਗਿਆ ਮੂੰਹ ਨਿਆਣਿਆਂ ਦੇ ਬੁੱਠੇ ਨਿਆਣਿਆਂ ਦੇ ਤੋੜ ਜੋਗਾ ਜੇਠ ਰਹਿ ਗਿਆ ਮੂੰਹ ਨਿਆਣਿਆਂ ਦੇ ਤੇ ਗੀਤਕਾਰੀ ਦਾ ਕਲਮ ਦਾ ਸਿਲਸਿਲਾ ਕਿਵੇਂ ਚੱਲਦਾ ਜੀ ਅੱਜ ਕੱਲ੍ਹ ਬਸ ਠੰਡਾ ਹੀ ਕਹਿ ਸਕਦੇ ਹਾਂ ਅੱਛਾ ਜੀ ਠੰਡਾ ਹੀ ਠੰਡਾ ਹੋਣ ਦਾ ਕਾਰਨ ਕੀ ਹੈ ਕਾਰਨ ਬਸ ਕੁਛ ਤਾਂ ਦੇਖੋ ਪਰਿਵਾਰ ਗੁਰੂ ਜੀ ਐਵੇਂ ਵੀ ਹੋ ਜਾਂਦੇ ਨੇ ਜੀ ਜੀ ਤੇ ਕੁਛ ਸਫਾਈਆਂ ਦੀ ਦੱਸਾਂ ਫੈਦੇ ਦੀ ਗੱਲ ਤੇਰੇ ਵੇ ਡਾਕਟਰ ਵੀ ਮੈਂ ਛਡਾਉਂਦਾ ਹੈ ਇੱਕ ਪੇਕੀ ਮੇਰੇ ਵੇ 20 ਸਾਲ ਪੁਰਾਣੀ ਅਮਲੀ ਸਾਸ ਕੋ ਕੋਵੇ ਹੋ ਗਏ ਕੰਗਰ ਵਰਗੇ ਲਾਜ ਕਰਾ ਕੇ ਉਹ ਕੋਵੇ ਉਹ 4 ਸਾਲ ਨਹੀਂ ਯਾਰ ਉਹ 40 ਸਾਲ ਨੇ ਵਾਹ ਜੀ ਅੱਛਾ ਜੀ ਕਿਉਂਕਿ ਮੈਂ ਅੱਜ ਜੇ ਬਾਪਲੇ ਦੀ ਪਛਾਣ ਆ ਤਾਂ ਬਾਂਸਲ ਕਰਕੇ ਹਾਂ ਗੁਜ਼ਰੇ ਪੈੜਾ ਵਰਿਆ ਵਾਂਗੂ ਬਾਪਲੇ ਵਾਲਿਆ ਵਾਜੋਂ ਤੇਰੇ ਇੱਕ ਪਲ ਤੇਰੀ ਬੱਲੀ ਦਾ ਦੂਰ ਵਸੇਂਦੇ ਆ ਸੱਜਣਾ ਵਿਆਰਾ ਜੀ ਨਹੀਂ ਲੱਗਦਾ ਕੱਲੀ ਦਾ ਦੇਖੋ ਇਹ ਸਬਜੈਕਟ ਦਾ ਆਪਾਂ ਨਾਂ ਛੋਈਏ ਤਾਂ ਇਹ ਠੀਕ ਹੈ ਅੱਛਾ ਜੀ ਹਾਂ ਇਹਦੇ ਚੋਂ ਕੁਛ ਨਹੀਂ ਕੱਢਣ ਪਾਣ ਨੂੰ ਗੱਲਾਂ ਬਾਤਾਂ ਨੇ ਠੀਕ ਹੈ ਹਾਂ ਥੱਲੇ ਜਾ ਕੇ ਫੇਰ ਨਾ ਕੀ ਕਰ ਦੂਗਾ ਕੋਈ ਡੱਕਰੇ ਹਿਰਦੇ ਵਿੱਚ ਤੀਆਂ ਦੇ ਤੇਰਾ ਯਾਰ ਬੁਲਾਉਂਦਾ ਬੱਕਰੇ ਹਿਰਦੇ ਵਿੱਚ ਤੀਆਂ ਦੇ ਤੇਰਾ ਯਾਰ ਬੁਲਾਉਂਦਾ ਬੱਕਰੇ ਸਦੀਕ ਸਾਹਿਬ ਨਾਂ ਗਾਉਂਦੇ ਜੀ ਹਾਂ ਸ਼ਾਇਦ ਕੀ ਕਹਿੰਦਾ ਸੀ ਜੀਜਾ ਰਾਤੀ ਬਾਪੂ ਜੀ ਤੈਨੂੰ ਰਿਸ਼ਤਾ ਕਿਤੇ ਕਰਾ ਕਾਕੀ ਦਾ ਕਹਿੰਦਾ ਸੀ ਮੈਨੂੰ ਅੱਛਾ ਰਿਸ਼ਤਾ ਕਿਤੇ ਕਰਾ ਕਾਕੀ ਦਾ ਕਹਿੰਦਾ ਸੀ ਮੈਨੂੰ ਹੁਣ ਤੁਸੀਂ ਐ ਦੇਖੋ ਹਾਂਜੀ ਵੀ ਜੇ ਮੈਨੂੰ ਕੁਛ ਨਾ ਕੁਛ ਮਿਲਦਾ ਹੁੰਦਾ ਯਾਰ ਹਾਂਜੀ ਵੀ ਮੈਂ ਫਿਰ ਗੀਤ ਹੀ ਨਾ ਲਿਖੀ ਜਾਂਦਾ ਠੀਕ ਆ ਕੀ ਲੋੜ ਸੀ ਮੈਨੂੰ ਹਲਦੀ ਮਿਰਚ ਵੇਚਣ ਦੀ ਉਨੀ ਜੇ ਯੂਪੀ ਸੀ ਪੀ ਵੱਲ ਨੂੰ ਤਗੜਾ ਪੱਟ ਕੇ ਲੈ ਗਿਆ ਗੱਲ ਨੂੰ ਆਖੂ ਕੀ ਦੀ ਮਾਂ ਨੂੰ ਮਾਸੀ ਮੇਰੀ ਸਮਝ ਨਾ ਟਿੱਚਰ ਗੱਲ ਨੂੰ ਰਨ ਤਾਂ ਕੱਚੀ ਹੈ ਲਗਰੋਂ ਉਹ ਫੜ ਲੂ ਪੂਛ ਕੀ ਬਾਪੜੇ ਵਾਲੇ ਬਾਂਸਲ ਦੀ ਮਗਰੋਂ ਮੈਂ ਆਪ ਹੈਰਾਨ ਆ ਮੈਂ ਵੀ ਸੁਣਦਾ ਜੀ ਵੀ ਫਲਾਣੇ ਨੇ 1.5 ਲੱਖ ਲੈ ਲਿਆ ਧਮਕੇ ਨੇ 2 ਲੱਖ ਲੈ ਲਿਆ ਪੈਟੀ ਦੇ ਹਿੱਸੇ ਪੂਰੀ 70 ਫਿੱਗੇ ਆਉਂਦੀ ਸਾਰੇ ਫੁੱਡੋ ਫੁੱਡ ਟਿੱਕ ਦੇ ਜੱਟੀ ਮੂਲ ਨਹੀਂ ਕਬਰ ਆਉਂਦੀ ਸਾਰੇ ਫੁੱਡੋ ਫੁੱਡ ਟਿੱਕ ਦੇ ਜੱਟੀ ਮੂਲ ਨਹੀਂ ਕਬਰ ਆਉਂਦੀ ਬਾਪਲੇ ਵਾਲੇ ਨੂੰ ਪਰ ਲੱਗਣ ਤੇ ਦੀ ਨਾ ਹੱਤੀ ਵਾਰੇ ਇੰਨਾ ਚਿਰ ਵਗਦੇ ਨੇ ਮੇਰੇ ਕੰਡੀ ਦੇ ਸਾਰੇ ਉਹ ਫਿਰ ਦੇ ਵਿੱਚ ਪੀਣਾ ਦੇ ਤੇਰੇ ਯਾਰ ਬਣਾਉਂਦਾ ਬੱਕਰੇ ਦੇਖੋ ਅਸੀਂ ਤਾਂ ਅੱਜ ਤੱਕ ਜੇ ਸਾਰੇ ਗੀਤ ਦੇ ਪੈਸੇ ਇਕੱਠੇ ਕਰ ਲਈਏ ਤਾਂ ਨਹੀਂ 1.5 ਲੱਖ ਬਣਦਾ ਮਾਨਕ ਸਾਹਿਬ ਕਹਿੰਦੇ ਵੀ ਗੀਤ ਵਧੀਆ ਵਧੀਆ ਲਿਖੇ ਹੋਏ ਨੇ ਉਹ ਕਹਿੰਦਾ ਜੀ ਬਾਣੀਆਂ ਦਾ ਮੁੰਡਾ ਜੀ ਇਹਨੇ ਲਿਖੇ ਨੇ ਅੱਛਾ ਹਾਂ ਮਾਨਕ ਸਾਹਿਬ ਹੱਸ ਕੇ ਕਹਿੰਦੇ ਕੁੜੀ ਚੋਦ ਦਾ ਬਾਣੀਆਂ ਲਿਖਦਾ ਵਧੀਆ ਉਹ ਆਪਣਾ ਦੋ ਵਿਗਿਆਨ ਦਾ ਵੇੜਾ ਤੇਰੀ ਘਰੇ ਵੈਰ ਨੇ ਗੇੜਾ ਹੁੰਦੀ ਸਭ ਦੀ ਛਿੱਟ ਛਿੱਟ ਲਾਈ ਉਹ ਦੱਸਣ ਚਾਚੀ ਨੂੰ ਪਰਦਾਈ ਤੂੰ ਛੁੱਟੇ ਵੀ ਕੀ ਕਹਿ ਕੇ ਰੋਣਾ ਪੈ ਜੂਗਾ ਬਾਪਲੇ ਵਾਲੇ ਨੂੰ ਕੱਲਿਆਂ ਵੇ ਬੈਠੇ
ਯਾਰ ਹੁਣ ਤੁਸੀਂ ਤਾਂ ਮੇਰੇ ਨਾਲ ਕਿਸੇ ਦੀ ਲੜਾਈ ਕਰਾਓ ਨਹੀਂ ਨਹੀਂ ਹੁਣ ਇਹਦਾ ਪਤੰਦਰ ਟਾਈਮ ਬੰਨ ਲੈਣਾ ਵੀ ਆ ਜੀ ਫਲਾਣੇ ਮੋੜ ਤੇ ਸੋਚ ਜਾਣਾ ਬੈਠ ਕੇ ਦਿਮਾਗ ਨਾਲ ਬੱਲੀਏ ਪਾਪੜੀ ਵਾਲਾ ਜੇ ਅੱਡ ਕਰ ਦਿੱਤਾ ਚੱਲੀਏ ਦੋ ਡੰਗ ਟੁੱਕ ਪਿੱਛ ਚਾਲੀ ਬਿੱਗੇ ਪੋਏ ਕੋਈ ਮਾਰ ਕੇ ਸ਼ਰੀਕ ਲੈ ਜੂ ਬਾਜੀ ਜੋ ਅੱਖਾਂ ਨਾਲ ਹੱਸ ਫੁੱਸ ਕੇ ਕਰ ਲੈਂਦਾ ਜੇ ਕਦੇ ਉਹ ਜਿੱਤ ਰਾਜ਼ੀ ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਦਿਲਬਾਗ ਸਿੰਘ ਮੁੰਦਲ ਪ੍ਰੋਗਰਾਮ ਗੱਲਾਂ ਬਾਤਾਂ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹਾਂ। ਅੱਜ ਅਸੀਂ ਇੱਕ ਬੜੇ ਉੱਚ ਦਰਜੇ ਦੇ ਗੀਤਕਾਰ ਜਿਨ੍ਹਾਂ ਦੇ ਗੀਤ ਤੁਸੀਂ ਅਕਸਰ ਜਿਹੜੇ ਦੁਗਾਣਿਆਂ ਦੇ ਸ਼ੌਕੀਨ ਨੇ, ਖਾਸ ਕਰਕੇ ਜਨਾਬ ਮੁਹੰਮਦ ਸਦੀਕ ਸਾਹਿਬ, ਕਰਤਾਰ ਰਮਲਾ ਜੀ ਜਾਂ ਹੋਰ ਦੁਗਾਣਿਆਂ ਦੇ ਗਾਇਕਾਂ ਨੂੰ, ਸੋਲੋ ਗੀਤ ਵੀ ਉਹਨਾਂ ਦੇ ਬੜੇ ਮਾਰਕੀਟ 'ਚ ਆਏ, ਖਾਸ ਕਰਕੇ ਦੁਗਾਣਿਆਂ ਨੂੰ ਜ਼ਿਆਦਾ ਅਹਿਮੀਅਤ ਮਿਲੀ, ਜ਼ਿਆਦਾ ਸਰੋਤਿਆਂ ਨੇ ਪਸੰਦ ਕੀਤੇ। ਉਹਨਾਂ ਨੇ ਬੜੇ ਸਟੋਰੀ ਨੁਮਾ, ਕਹਾਣੀ ਨੁਮਾ ਗੀਤ ਲਿਖੇ ਨੇ ਜੋ ਤਕਰੀਬਨ ਦੁਗਾਣਿਆਂ ਦੇ ਸ਼ੌਕੀਨਾਂ ਦੇ ਦਿਲਾਂ 'ਤੇ ਰਾਜ ਕਰਦੇ, ਉਹਨਾਂ ਦੇ ਚੇਤਿਆਂ ਦੇ ਵਿੱਚ ਅੱਜ ਵੀ ਵਸੇ ਨੇ। ਬੇਸ਼ੱਕ ਅੱਜ ਉਹ ਥੋੜ੍ਹਾ ਪਿੱਛੇ ਚਲੇ ਗਏ ਗੀਤਕਾਰੀ ਤੋਂ, ਉਹਨਾਂ ਥੋੜ੍ਹਾ ਪਾਸਾ ਵੱਟਿਆ, ਉਹ ਪਾਸਾ ਵੱਟਣ ਦਾ ਕਾਰਨ ਵੀ ਪੁੱਛਾਂਗੇ ਉਹਨਾਂ ਕੋਲੋਂ। ਉਹਨਾਂ ਦੇ ਗੀਤ ਘੱਟ ਰਿਕਾਰਡ ਹੋਣ ਦੇ ਕਾਰਨ ਸਾਰੇ ਜਾਣਾਂਗੇ ਉਹਨਾਂ ਦਾ ਪਰਿਵਾਰਕ ਪਿਛੋਕੜ। ਬੜੀ ਸੱਚੀ ਕਲਮ ਮੇਰੇ ਅਤੇ ਅਮਨ ਫੁੱਲਾਂ ਵਾਲ ਦੇ ਨਾਲ, ਅੱਜ ਸਾਨੂੰ ਮਾਣ ਮਹਿਸੂਸ ਇਸ ਗੱਲ ਦਾ ਕਿ ਸਾਡੇ ਨਾਲ ਨੇ ਜਨਾਬ ਸੁਰੇਸ਼ ਬਾਂਸਲ ਬਾਪੜੇ ਵਾਲਾ ਜੀ। ਬਾਂਸਲ ਸਾਹਿਬ, ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ 'ਤੇ ਤੁਹਾਡਾ, ਸਾਡੇ ਪ੍ਰੋਗਰਾਮ 'ਚ। ਤੁਹਾਡਾ ਵੀ ਸਵਾਗਤ ਹੈ ਜੀ। ਮਿਹਰਬਾਨੀ ਜੀ। ਅਮਨ ਜੀ ਅਤੇ ਦਿਲਬਾਗ ਜੀ, ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਦਾ ਸਵਾਗਤ ਹੈ ਮੇਰੇ ਘਰ ਆਉਣ 'ਤੇ, ਮੈਨੂੰ ਸਰੋਤਿਆਂ ਦੇ ਰੂਬਰੂ ਕਰਨ ਵਾਸਤੇ। ਬਹੁਤ ਮਿਹਰਬਾਨੀ ਜੀ। ਅਸੀਂ ਖੁਸ਼ਕਿਸਮਤੀ ਸਮਝਦੇ ਆਪਣੀ ਕਿ ਤੁਸੀਂ ਸਾਨੂੰ ਅਜੇ ਵਕਤ ਦਿੱਤਾ, ਆਪਣੇ ਬਹੁਤ ਰੁਝੇਵਿਆਂ 'ਚੋਂ ਕੁਝ ਸਮਾਂ ਕੱਢ ਕੇ ਸਾਡੇ ਨਾਲ ਬੈਠੇ ਹੋ, ਸਾਨੂੰ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ। ਮਾਨਸਲ ਸਾਹਿਬ, ਹੋਰ ਕਿੱਦਾਂ ਕੰਮ ਕਾਰ ਅੱਜ ਕੱਲ੍ਹ? ਕੰਮ ਕਾਰ ਠੀਕ ਹੈ ਜੀ, ਬਸ ਤੰਦਰੁਸਤੀ ਹੈ ਸਾਰੀ, ਚੜ੍ਹਦੀ ਕਲਾ ਜਾ, ਪਰਿਵਾਰ ਵੀ ਸਭ ਠੀਕ ਠਾਕ ਹੈ ਜੀ। ਚਲੋ ਸ਼ੁਕਰ ਆ। ਇਸੇ ਤਰ੍ਹਾਂ ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਖੁਸ਼ ਰਹੋ, ਆਬਾਦ ਰਹੋ, ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ, ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰੋ। ਅਤੇ ਗੀਤਕਾਰੀ ਦਾ ਕਲਮ ਦਾ ਸਿਲਸਿਲਾ ਕਿਵੇਂ ਚੱਲਦਾ ਜੀ ਅੱਜ ਕੱਲ੍ਹ? ਬਸ ਠੰਡਾ ਹੀ ਕਹਿ ਸਕਦੇ ਹਾਂ। ਅੱਛਾ ਜੀ, ਠੰਡਾ ਹੀ। ਠੰਡਾ ਹੋਣ ਦਾ ਕਾਰਨ ਕੀ ਹੈ? ਕਾਰਨ ਬਸ ਕੁਛ ਤਾਂ ਦੇਖੋ, ਪਰਿਵਾਰਕ ਰੁਝੇਵੇਂ ਵੀ ਹੋ ਜਾਂਦੇ ਨੇ ਜੀ ਜੀ, ਅਤੇ ਕੁਛ ਥੋੜ੍ਹਾ ਜਿਹਾ ਜਿਹੜੇ ਅਜੋਕੀ ਗੀਤਕਾਰੀ ਹੈ ਜੀ, ਗੀਤਕਾਰੀ ਔਰ ਗਾਇਕੀ ਵੀ ਨਾਲ, ਹਾਂ ਗਾਇਕੀ ਵੀ ਨਾਲ ਹੀ ਹੈ, ਬਸ ਉਹ ਤੋਂ ਥੋੜ੍ਹਾ ਜਿਹਾ ਸੰਤੁਸ਼ਟ ਜ਼ਿਆਦਾ ਨਹੀਂ ਹਾਂ ਅਸੀਂ। ਠੀਕ ਹੈ ਜੀ, ਇਸ ਕਰਕੇ ਵੀ ਥੋੜ੍ਹਾ ਜਿਹਾ ਪਿੱਛੇ ਰਹਿਣ ਦਾ ਕਾਰਨ ਹੈ ਸਾਡਾ। ਇਹਦਾ ਕਾਰਨ ਇਹ ਵੀ ਕਹਿ ਸਕਦੇ ਵੀ ਜਿਹੜੇ ਗਾਇਕਾਂ ਨੇ ਤੁਹਾਡੇ ਗੀਤ ਰਿਕਾਰਡ ਕਰਾਏ, ਹਾਂਜੀ, ਉਹ ਗਾਇਕ ਵੀ ਥੋੜ੍ਹਾ ਸਮੇਂ ਦੀ ਮਾਰ ਦੇ ਹੇਠ ਉਹ ਪਿੱਛੇ ਪੈ ਗਏ ਕੁਝ। ਬਿਲਕੁਲ ਬਿਲਕੁਲ, ਕਿਉਂਕਿ ਆ ਜਿਹੜਾ ਅਜੋਕਾ ਸਮਾਂ, ਅਜੋਕੀ ਗਾਇਕੀ ਗੀਤਕਾਰੀ ਤੁਸੀਂ ਗੱਲ ਕੀਤੀ ਹੈ, ਉਹਦਾ ਉਹ ਚੱਕਰ ਚੱਲ ਰਿਹਾ। ਬੇਸ਼ੱਕ ਉਹਨਾਂ ਦੇ ਗੀਤ, ਉਹ ਤੁਹਾਡੇ ਗੀਤ ਵੀ ਉਹਨਾਂ ਨੇ ਗਾਏ ਜਿਹੜੇ ਉਹਨਾਂ ਆਰਟਿਸਟਾਂ ਨੇ, ਕਲਾਕਾਰਾਂ ਨੇ, ਉਹਨਾਂ ਨੂੰ ਲੋਕ ਸਰੋਤੇ ਪਿਆਰ ਦਿੰਦੇ ਅੱਜ ਕੱਲ੍ਹ, ਉਹ ਨਜ਼ਾਰਾ ਲੈਂਦੇ, ਆਪਣਾ ਮਜ਼ਾ ਲੈਂਦੇ ਸੁਣ ਕੇ। ਪਰ ਉਹ ਨਵੀਂ ਰਿਕਾਰਡਿੰਗ ਤੋਂ ਉਹ ਕੈਸਟ ਕੰਪਨੀਆਂ, ਰਿਕਾਰਡ ਕੰਪਨੀਆਂ ਬੰਦ ਹੋ ਗਈਆਂ, ਉਹਦੇ ਕਾਰਨ ਉਹ ਆਪ ਪੈਸੇ ਲਾ ਕੇ ਉਹ ਅੱਗੇ ਗੀਤ ਰਿਕਾਰਡ ਕਰਨਾ ਜਾਂ ਉਹ ਚੈਨਲਾਂ 'ਤੇ ਆਉਣਾ ਠੀਕ ਨਹੀਂ ਸਮਝਦੇ, ਕਿਉਂਕਿ ਉਹ ਜ਼ਰੀਆ ਜਿਹੜਾ ਉਹ ਵਧੀਆ ਨਹੀਂ ਐਡਾ, ਹੈ ਨਾ। ਅਤੇ ਨਵੀਂ ਜਿਹੜੀ ਪੀੜ੍ਹੀ ਆ ਉਹ ਪੈਸੇ ਲਾ ਕੇ, ਲੱਖਾਂ ਰੁਪਈਆ ਲਾ ਕੇ ਅੱਗੇ ਆ ਰਹੇ ਆ, ਹਾਲਾਂਕਿ ਬਲਕਿ ਉਮਰ ਬਹੁਤੀ ਉਹਨਾਂ ਗੀਤਾਂ ਦੀ ਲੰਮੀ ਨਹੀਂ ਗੀ। ਬਿਲਕੁਲ, ਇਹ ਵੀ ਕਾਰਨ ਇੱਕ ਹੋ ਸਕਦਾ, ਹੈ ਨਾ ਮੇਰਾ? ਬਿਲਕੁਲ, ਵੱਡਾ ਕਾਰਨ ਹੈ ਜੀ ਇਹ। ਅਤੇ ਉਹਦੇ ਵਿੱਚ ਤੁਸੀਂ ਵੀ ਆ ਜਾਂਦੇ ਹੋ ਕਿ ਚੁੱਪੀ ਭਲੀ ਆ ਵੀ ਯਾਰ ਆਪਣਾ ਕੰਮ ਕਾਰ ਕਰੋ, ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਸਾਂਭੋ। ਬਿਲਕੁਲ। ਅਤੇ ਪਰਿਵਾਰ ਬਾਰੇ, ਪਰਿਵਾਰ ਦੀ ਗੱਲ ਚੱਲੀ ਹੈ, ਉਹਦੇ ਜ਼ਿਕਰ ਕਰੋ ਵੀ ਕੌਣ ਕੌਣ ਆ ਜੀ, ਕਿੰਨੇ ਮੈਂਬਰ ਆ ਤੁਹਾਡੇ? ਦੇਖੋ, ਮਾਤਾ ਜੀ ਤਾਂ ਸਾਡੇ ਪਿੱਛੇ ਜੇ ਚੜ੍ਹਾਈ ਕਰ ਗਏ ਤੀ, ਫਾਦਰ ਸਾਹਿਬ ਨੇ ਸ਼੍ਰੀ ਰਾਜਕੁਮਾਰ ਜੀ। ਅੱਛਾ ਜੀ। ਅਤੇ ਮਿਸਿਜ਼ ਸੰਤੋਸ਼ ਬਾਂਸਲ, ਠੀਕ ਹੈ, ਦੋ ਬੇਟੀਆਂ ਨੇ ਮੇਰੀਆਂ, ਉਹ ਸ਼ਾਦੀਸ਼ੁਦਾ ਨੇ ਜੀ, ਇੱਕ ਬੇਟਾ ਹੈ ਉਹ ਮੇਰੇ ਨਾਲ ਹੀ ਅੱਜ ਕੱਲ੍ਹ। ਅੱਛਾ ਜੀ, ਉਹ ਤੁਹਾਡੇ ਨਾਲ ਕੰਮ ਚੱਲ ਰਿਹਾ? ਹਾਂਜੀ ਹਾਂਜੀ, ਮੈਂ ਕਰਿਆਨਾ ਸ਼ੋਪ ਚਲਾਉਣਾ, ਕਰਿਆਨਾ ਸ਼ੋਪ ਚਲਾਉਣਾ, ਹਾਂ, ਉਹ ਆਪਦੀ ਪੜ੍ਹਾਈ ਪੂਰੀ ਕਰਕੇ ਹੁਣ ਮੇਰੇ ਨਾਲ ਹੀ ਕੰਮ ਕਰਨਗੇ, ਜਿਹੜੇ ਬੇਟਾ ਜੀ ਨੇ ਸਾਡੇ। ਠੀਕ ਹੈ ਜੀ, ਹਾਂਜੀ। ਅਤੇ ਬਾਪਲਾ ਪਿੰਡ ਕਿੱਥੇ ਕੁ ਪੈਂਦਾ ਜੀ? ਬਾਪਲਾ ਪਿੰਡ ਇੱਥੋਂ ਦੇਖੋ, ਦੁਕਾਨ ਤਾਂ ਹੁਣ ਮੇਰੀ ਮਰੇਰ ਕੋਲ ਲਿਆ ਜੀ, ਬਾਪਲਾ ਸਾਡਾ ਪਿੰਡ ਹੈ ਜਿਹੜਾ ਕੋਈ ਉਰੋਂ 17-18 ਕਿਲੋਮੀਟਰ ਦੀ ਵਿੱਚ 'ਤੇ ਆ ਜੀ। ਹਾਂਜੀ, ਠੀਕ ਹੈ ਜੀ। ਇਹ ਜਿਹੜੀ ਇਹ ਚਿਣਗਾ, ਇਹ ਕਦੋਂ ਕੁ ਫੁੱਟ ਪਈ ਸੀ ਅੰਦਰੋਂ ਛੋਟੇ ਹੁੰਦਿਆਂ? ਦੇਖੋ, ਪੰਜਾਬੀ ਗੀਤਾਂ ਨਾਲ ਲਗਾਉ ਤਾਂ ਤਕਰੀਬਨ ਮੈਨੂੰ ਪਹਿਲਾਂ ਤੋਂ ਹੀ ਹੈ, ਛੋਟੇ ਹੁੰਦੇ ਤੋਂ ਹੀ ਸਪੀਕਰ ਸਪੂਕਰ ਵੱਜਦੇ ਹੁੰਦੇ ਤੀ, ਸੁਣਦੇ ਹੁੰਦੇ ਤੀ ਗੀਤ, ਫਿਰ
ਉਹਨਾਂ ਦੀ ਨਕਲ ਕਰਕੇ ਆਪ ਗੁਣਗੁਣਾਉਣੇ ਜੀ। ਤੇ ਇਸ ਤਰ੍ਹਾਂ ਹੌਲੀ 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 ਫਿਰ ਦਸਵੀਂ ਪਾਸ ਕਰਨ ਤੋਂ ਬਾਅਦ ਮੈਂ ਜਦੋਂ ਮਲੇਰਕੋਟ ਲਿਆ ਗਿਆ। ਅੱਛਾ ਜੀ। ਫਿਰ ਮੈਂ ਸਾਡੇ ਉਸਤਾਦ ਗੁਰਦੇਵ ਸਿੰਘ ਮਾਨ ਜੀ ਦੇ ਸੰਪਰਕ ਚ ਆ ਗਿਆ, ਮਿੱਤਰਾਂ ਦੀ ਲੂਣ ਦੀ ਲੜੀ। ਜੀ 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 ਬਿਲਕੁਲ। ਹਾਂ ਫਿਰ ਉਹਨਾਂ ਨੇ ਮੈਨੂੰ ਕਾਫੀ ਕੁਛ ਸਿਖਾਇਆ। ਧਾਰ ਲਿਆ ਸੀ ਮਨ ਦੇ ਵਿੱਚ ਵੀ ਮੈਂ ਸਰਦਾਰ ਗੁਰਦੇਵ ਸਿੰਘ ਨੂੰ ਹੀ ਉਸਤਾਦ ਬਣਾਉਣਾ ਜਾਂ ਬਾਅਦ ਚ ਕੋਈ ਸਬੱਬ ਬਣਿਆ? ਨਹੀਂ ਦੇਖੋ, ਨਾਂ ਤਾਂ ਉਹਨਾਂ ਦਾ ਹੈਗਾ ਹੀ ਸੀ, ਬਿਲਕੁਲ ਕੋਈ ਸ਼ੱਕ ਨੀ। ਤਕਰੀਬਨ ਜੇ ਆਪਾਂ ਕਹੀਏ ਵੀ ਪਹਿਲੇ ਗੀਤਕਾਰ ਵਾਂਗੂ ਹੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ। ਅੱਛਾ ਹਾਂ ਬਿਲਕੁਲ ਠੀਕ ਹੈ ਨਾ। ਬਿਲਕੁਲ। ਦੂਜੀ ਗੱਲ, ਮੈਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਮਿਲਣਾ ਵੀ ਸੌਖਾ ਸੀ ਕਿਉਂਕਿ ਉਹ ਵੀ ਮਲੇਰਕੋਟ ਲਈ ਰਹਿ ਰਹੇ ਸੀ। ਅੱਛਾ, ਇੱਥੇ ਮਿਲੇ ਸੀ? ਹਾਂ, ਮੈਂ ਆਸਾਨੀ ਨਾਲ ਹੀ ਮੇਲ ਹੋ ਗਿਆ ਮੇਰਾ ਉਹਨਾਂ ਨਾਲ। ਠੀਕ ਠੀਕ ਠੀਕ। ਹਾਂ ਬਿਲਕੁਲ, ਉਹਨਾਂ ਨੇ ਬੜਾ ਕੁਛ ਦੱਸਿਆ ਸੀ ਤਾਂ ਤਕਰੀਬਨ ਰੋਜ਼ ਵਾਂਗੂ ਹੀ ਉਹਨਾਂ ਕੋਲ ਚਲੇ ਜਾਂਦੇ ਸੀਗੇ। ਉਹੀ ਕਾਰਨ ਮੈਂ ਸਮਝਦਾ ਵੀ ਤੁਹਾਡੀ ਗੀਤਕਾਰੀ ਚ ਪਰਪੱਕਤਾ ਆਈ, ਉਹਨਾਂ ਨੂੰ ਮਿਲਣਾ ਪੁੱਛਣਾ ਦੱਸਣਾ ਉਹਨਾਂ ਨੇ, ਹਨਾ? ਬਿਲਕੁਲ ਜੀ ਬਿਲਕੁਲ। ਉਹਨਾਂ ਦਾ ਤਰੀਕਾ ਬੜਾ ਸਿੰਪਲ ਸੀ, ਸਰਲ ਸੀ। ਹਾਂ ਠੀਕ ਹੈ। ਉਹ ਅਸੀਂ ਗੀਤ ਲੈ ਕੇ ਜਾਂਦੇ, ਉਹ ਕਦੇ ਉਹਨਾਂ ਚ ਕੋਈ ਨੁਕਸ ਨਹੀਂ ਤੇ ਕੱਢਦੇ। ਅੱਛਾ। ਉਹ ਕਹਿੰਦੀ ਲਿਖੀ ਜਾ ਜੀ, ਹੋਰ ਲਿਖ ਕੇ ਲਈ ਜੀ, ਠੀਕ ਹੈ, ਹੋਰ ਲਿਖ ਕੇ ਲਈ। ਅੱਛਾ ਜੀ। ਅਸੀਂ ਇੱਕ ਦਿਨ ਕਿਹਾ ਵੀ ਉਸਤਾਦ ਜੀ ਸਾਨੂੰ ਦੱਸ ਦੇ ਤਾਂ ਤੁਸੀਂ ਕੁਛ ਹੈ ਨਹੀਂ। ਕਹਿੰਦਾ ਯਾਰ ਗੱਲ ਸੁਣ ਮੇਰੀ, ਕਹਿੰਦਾ ਹੁਣ ਤੂੰ ਸਾਈਕਲ ਚਲਾਉਣਾ ਜੀ, ਮਿਸਤਰੀ ਤਾਂ ਨਹੀਂ ਹੈ? ਕਹਿੰਦਾ ਜਿੱਦੇ ਚ ਨੁਕਸ ਪੈ ਗਿਆ ਤੈਨੂੰ ਪਤਾ ਲੱਗੂਗਾ। ਵਾਹ, ਬਿਲਕੁਲ ਵੀ ਅੱਜ ਕੋਈ ਪ੍ਰੋਬਲਮ ਹੈ। ਕਹਿੰਦਾ ਜਦੋਂ ਤੂੰ ਸਿੱਖ ਗਿਆ ਯਾਰ ਤੈਨੂੰ ਆਪ ਹੀ ਪਤਾ ਲੱਗਣ ਲੱਗ ਜੂ ਵੀ ਇਹ ਠੀਕ ਨਹੀਂ ਹੈਗਾ। ਕਿਆ ਬਾਤ ਹੈ, ਬਿਲਕੁਲ ਵਧੀਆ। ਬਾਕੀ ਇਹ ਬੜਾ ਸਰਲ ਤਰੀਕਾ ਸੀ। ਉਹੀ ਗੱਲ ਭਾਈ, ਅਸੀਂ ਜਦੋਂ ਮਾੜਾ ਮੋਟਾ ਆਪਦੇ ਆਪ ਨੂੰ ਸਮਝਣ ਲੱਗ ਗਏ ਵੀ ਹੁਣ ਮਾੜੀ ਮੋਟੀ ਅੱਗ ਲਾ ਗਈ ਸਾਨੂੰ, ਫਿਰ ਅਸੀਂ ਪੁਰਾਣੇ ਕੀ ਆਪਦੇ ਗੀਤ ਪੜ੍ਹ ਪੜ੍ਹ ਸ਼ਰਮਿੰਦਾ ਹੋਈ ਜਾਇਆ ਕਰੀ ਵੀ ਬਾਕੀ ਜਾ ਰਹੇ ਵਧੀਆ ਨਹੀਂ ਕਿੱਦਾਂ ਦਾ ਲੇ ਗਿਆ ਉਹ। ਹਾਂ ਠੀਕ 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 ਆ। ਤੇ ਪਹਿਲੀ ਰਿਕਾਰਡਿੰਗ ਦਾ ਫਿਰ ਕਿੱਦਾਂ ਸਬੱਬ ਬਣਿਆ? ਪਹਿਲੇ ਮੇਰਾ ਗੀਤ ਸਨ 81 ਚ ਸਵਰਗਵਾਸੀ ਕਰਤਾਰ ਸਿੰਘ ਰਮਲਾ ਤੇ ਸੁਖਵੰਤ ਸੁਖੀ ਦੀ ਬਾਅਦ ਚ HMV ਕੰਪਨੀ ਚ ਰਿਕਾਰਡ ਹੋਇਆ ਸੀ, ਮੇਲਣ ਬਣ ਕੇ ਜਾਣਾ ਨਾਰ ਤੇਰੀ ਨੇ ਜੱਟਾ। ਵਾਹ ਜੀ ਵਾਹ। ਦੁਬਾਰਾ ਉਹ ਮੇਰੇ ਕੋਲੇ ਆ ਗਏ ਕੁਦਰਤੀ, ਕਿਤੇ ਪ੍ਰੋਗਰਾਮ ਤੋਂ ਆਏ ਸੀ। ਇੱਕ ਬੰਦਾ ਉਹਨਾਂ ਚ ਮੈਨੂੰ ਜਾਣਦਾ ਸੀ ਜਿਹੜਾ ਸੁਜਿੰਦਾ ਸੀ, ਠੀਕ ਆ, ਉਹ ਲੈ ਕੇ ਮੇਰੀ ਦੁਕਾਨ ਤੇ ਆ ਗਿਆ। ਆਹ ਗੀਤ ਹੈ ਜਿਹੜਾ ਮੈਂ ਮੇਰੀ ਦੁਕਾਨ ਤੇ ਉਹਨਾਂ ਨੂੰ ਦਿੱਤਾ ਜੀ ਰਿਕਾਰਡ ਹੋਣ ਵਾਸਤੇ, ਇਹ ਮੇਰਾ ਰਿਕਾਰਡ ਮਿਲਣ ਬਣ ਕੇ ਜਾਣਾ। ਹਾਂ ਅੱਛਾ ਜੀ, ਬਸ ਆਹ ਭੱਜ ਦੌੜ ਮੇਰੀ ਹੋਈ ਹੈ। ਇਹ ਬਾਂਸਲ ਸਾਹਿਬ ਦੁਕਾਨ ਤੇ ਆ ਗਏ ਰਮਲਾ ਸਾਹਿਬ, ਤੁਸੀਂ ਦੱਸਿਆ ਤੇ ਦੁਕਾਨ ਉਦੋਂ ਹੀ ਸ਼ੁਰੂ ਕਰ ਲਈ ਫਿਰ ਆਉਂਦੇ ਆ ਜੀ ਇੱਥੇ ਮਲੇਰਕੋਟ ਲਈ ਤੁਸੀਂ ਉਹ ਪਿੰਡ ਤੋਂ ਆਏ? ਮੈਂ ਤਕਰੀਬਨ 76 ਜਾ ਕੇ ਦੁਕਾਨ ਕਰੀ ਤੀ ਉਰੇ, 81 ਦੀ ਗੱਲ ਹੈ 80 ਦੀ। ਹਾਂ ਹਾਂ, ਮੈਂ ਦੁਕਾਨ 10ਵੀਂ ਪਾਸ ਕਰਨ ਸਾਰੀ ਮਲੇਰਕੋਟ ਲਈ ਕਰ ਲਈ ਤੀ। ਤੁਸੀਂ ਮਤਲਬ ਕਹਿਣ ਦਾ ਭਾਵ ਵੀ ਪਿੰਡ ਤੋਂ ਸ਼ਹਿਰ ਦੁਕਾਨ ਕਰਨ ਵਾਸਤੇ ਹੀ ਆਏ? ਆਏ ਸੀ, ਹਾਂ ਜੀ, ਕਾਰੋਬਾਰ ਚਲਾਈ। ਹਾਂ ਹਾਂ ਬਿਲਕੁਲ, ਮੈਂ ਦੁਕਾਨ ਉਦੋਂ ਦੀ ਕਰਨਾ ਜੀ। ਠੀਕ 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 ਹੈ ਜੀ। ਤੇ ਘਰਦਿਆਂ ਵੱਲੋਂ ਕੋਈ ਨੋਕ ਟੋਕ ਹੈ ਸੀ ਵੀ ਯਾਰ ਇਹ ਕਿਹੜਾ ਕੰਮ ਫੜਿਆ, ਕਿਉਂ ਗੇੜੇ? ਘਰਦਿਆਂ ਕਨੇ ਰੋਕ ਟੋਕ ਹੈ ਨਹੀਂ ਸੀ ਜੀ, ਕਿਉਂਕਿ ਮੈਂ ਕੰਮ 'ਚ ਵੀ ਕੁਤਾਹੀ ਨਹੀਂ ਸੀ ਕਰਦਾ ਜੀ। ਹਾਂ, ਮੈਂ ਆਪਦਾ ਕੰਮ ਖਰਾਬ ਕਰਕੇ ਕਦੇ ਗੀਤਕਾਰੀ ਦੇ ਮਗਰ ਨਹੀਂ ਫਿਰਿਆ ਹੈਗਾ। ਬਹੁਤ ਵਧੀਆ ਗੱਲ। ਹਾਂ, ਇਸੇ ਕਰਕੇ ਮੈਨੂੰ ਚਲੋ ਘਰ ਦੇ ਕਹਿੰਦੇ ਵੀ ਯਾਰ ਆਪਣਾ ਤਾਂ ਕਰੀ ਜਾਂਦਾ ਇਹ, ਜੇ ਆਪਦਾ ਸ਼ੌਕ ਕਰਦਾ ਤਾਂ ਕਰੀ ਜਾਣ ਦਿਓ। ਠੀਕ ਹੈ ਜੀ। ਹਾਂ, ਇੱਕ ਮੈਨੂੰ ਪਹਿਲਾਂ ਤੋਂ ਬੈ ਲੈਬ ਨਹੀਂ ਹੈਗਾ, ਕੋਈ ਐਂ ਵੀ ਘਰੇ ਪੜਤ ਜੀ ਬਣੀ ਹੋਈ ਚੱਲ ਕੋਈ ਗੱਲ ਨਹੀਂ। ਆਪਾਂ ਇੰਟਰਵਿਊ ਤੋਂ ਪਹਿਲਾਂ ਜਦੋਂ ਗੱਲ ਕਰਦੇ ਜੀ ਤੁਹਾਡੇ ਪਿਛੋਕੜ ਦੀ, ਬਾਪਲਾ ਤੁਹਾਡਾ ਜੱਦੀ ਪਿੰਡ ਨਹੀਂ? ਹਾਂਜੀ ਹਾਂਜੀ। ਉੱਥੋਂ ਪਿੱਛੋਂ ਆਏ ਤੇ ਬਾਪਲੇ ਵੀ ਕੁਛ ਟਾਈਮ ਰਹੇ, ਹੁਣ ਜਿੱਦਾਂ ਮਲੇਰਕੋਟਲੇ ਰਹਿ ਰਹੇ ਹੋ ਤੇ ਨਾਮ ਤੁਸੀਂ ਦੱਸਿਆ ਵੀ 3 ਸਾਲ ਬਾਪਲੇ ਰਹੇ? ਹਾਂ, ਮੈਂ 4 ਸਾਲ ਰਿਹਾ ਜੀ। 4 ਸਾਲ ਬਾਪਲੇ ਰਹੇ ਤੇ ਉਹ 4 ਸਾਲਾਂ ਦੇ ਨਾਲ ਹੀ ਤੁਸੀਂ ਬਾਂਸਲ ਬਾਪਲੇ ਵਾਲਾ ਲਾਉਂਦੇ ਹੋ? ਉਹ 4 ਸਾਲ ਨਹੀਂ ਯਾਰ, ਉਹ 40 ਸਾਲ ਨੇ। ਵਾਹ ਜੀ। ਅੱਛਾ ਜੀ। ਕਿਉਂਕਿ ਮੈਂ ਅੱਜ ਜੇ ਬਾਪਲੇ ਦੀ ਪਛਾਣ ਆ ਤਾਂ ਬਾਂਸਲ ਕਰਕੇ। ਹਾਂ, ਬਾਂਸਲ ਬਾਪਲੇ ਵਾਲਾ। ਬਿਲਕੁਲ, ਮੈਂ ਯਾਰ ਜੇ ਬਾਪਲੇ ਨਾ ਆਇਆ ਹੁੰਦਾ ਮੈਨੂੰ ਨਹੀਂ ਦੀ ਲੱਗਦਾ ਵੀ ਮੈਂ ਗੀਤਕਾਰ ਹੁੰਦਾ। ਜਵਾ ਜੀ, ਕਿਆ ਬਾਤ। ਕਿਉਂਕਿ ਮੈਂ ਅੱਗੇ ਵੀ ਪਿਛਲੀ ਇੰਟਰਵਿਊ ਚ ਵੀ ਜ਼ਿਕਰ ਕੀਤਾ ਸੀ ਵੀ ਜਿਹੜਾ ਸਾਡੇ ਪਿੰਡ ਦੀ ਬੋਲੀ ਹੈ ਨਾ ਜੀ, ਬਹੁਤ ਹੀ ਠੇਠ ਹੈ ਜੀ। ਤੁਸੀਂ ਯਾਰ ਹੁਣ ਵੀ ਚਲੇ ਜਾਓ ਜੀ, ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਬਾਪਲਾ ਯਾਰ ਸੁਰੇਸ਼ ਹੈ ਜਿਹੜਾ ਇਸੇ ਪਿੰਡ ਦਾ ਬੰਦਾ। ਕਿਆ ਇੰਨੀ ਵਧੀਆ ਬੋਲੀ! ਹਾਂ ਜੀ। ਦਰਸ਼ਕੋ, ਸਾਡੇ ਨਾਲ ਨੇ ਸੁਰੇਸ਼ ਬਾਂਸਲ ਜੀ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬਾਂਸਲ ਸਾਹਿਬ,
ਤੁਸੀਂ ਦੱਸਿਆ ਮੇਰੇ ਪਿੰਡ ਦੀ ਬੋਲੀ ਬਹੁਤ ਵਧੀਆ ਉਹ ਮੇਰੇ ਰੋਮ ਰੋਮ ਦੇ ਵਿੱਚ ਵਸੀ ਆ ਚਾਹੀਦਾ ਵੀ ਇੱਦਾਂ ਹੀ ਆ ਜਿੱਥੇ ਬੰਦਾ ਜੰਮਿਆ ਪਲਿਆ ਹੋਵੇ ਉਹ ਗੱਲ ਉਹਦੇ ਚਾਹੀਦੀ ਲੂੰ ਲੂੰ ਦੇ ਵਿੱਚ ਉਹ ਉਹ ਅਤੇ ਤੁਸੀਂ ਪਹਿਰਾ ਦੇ ਰਹੇ ਹੋ ਅੱਜ ਤੱਕ ਕਈਆਂ ਸਰੋਤਿਆਂ ਨੂੰ ਜਾਂ ਤੁਹਾਡੇ ਜਿਹੜੇ ਮਿਲਣ ਗਿਲਣ ਵਾਲੇ ਰੋਜ਼ਾਨਾ ਉਹ ਬੜੇ ਹੈਰਾਨ ਹੋਣਗੇ ਵੀ ਬਾਣੀਆਂ ਦਾ ਪੁੱਤ ਹੋ ਗਿਆ ਇੱਕ ਬੜੀ ਠੇਠ ਲਹਿਜੇ ਦੇ ਵਿੱਚ ਗੀਤ ਲਿਖਦਾ ਬੜਾ ਕਹਾਣੀ ਬਣਾ ਕੇ ਪੇਸ਼ ਕਰ ਦਿੰਦਾ ਅਤੇ ਉਹ ਕਦੀ ਕਿਸੇ ਸੱਜਣ ਮਿੱਤਰ ਨੇ ਕਿਹਾ ਵੀ ਯਾਰ ਇਹ ਕਿੱਦਾਂ ਦਿਮਾਗ 'ਚ ਆਉਂਦਿਆ ਸਾਰਾ ਸਿਲਸਿਲਾ ਕੋਈ ਗੱਲ ਚੱਲੀ ਹੋਵੇ ਹਾਸਾ ਮਜ਼ਾਕ ਦੇ ਸੱਜਣਾ ਮਿੱਤਰਾਂ ਨਾਲ ਦੇਖੋ ਇਹ ਸਾਰਾ ਕੁਛ ਤੁਹਾਡੇ ਅਤੇ ਤੁਹਾਡੀ ਸੰਗਤ ਦਾ ਸਰ ਜੀ ਕਿਉਂਕਿ ਮੈਂ ਪਹਿਲਾਂ ਤੋਂ ਰਹੇ ਜ਼ਿਮੀਂਦਾਰਾਂ 'ਚ ਅੱਛਾ ਜੀ ਹੁਣ ਵੀ ਮੈਂ ਮੇਰਾ ਜਿਹੜਾ ਵਾਹ ਹੈ ਉਹ ਪਿੰਡਾਂ ਵਾਲੇ ਲੋਕਾਂ ਨਾਲ ਹੀ ਹੈ ਵਾਹ ਵਾਸਤਾ ਜਿਹੜਾ ਠੀਕ ਆ ਇਹ ਕੁਦਰਤੀ ਹੁੰਦਾ ਸਾਡੀ ਉਹਨਾਂ ਨਾਲ ਹੀ ਬੋਲ ਚੱਲ ਰਹੀ ਹੈ ਸਾਰਾ ਦਿਨ ਤੇ ਬਸ ਫਿਰ ਉਹਨਾਂ ਦੇ ਸੁਭਾਅ ਦਾ ਅਸਰ ਜਿਹੜਾ ਅਸਰ ਹੁੰਦਾ ਸਾਡੇ ਤੇ ਠੀਕ ਠੀਕ ਆ ਤੇ ਰਮਲਾ ਸਾਹਿਬ ਦਾ ਜ਼ਿਕਰ ਕੀਤਾ ਇਹ ਗੀਤ ਆਇਆ ਇਹ ਐਲ ਪੀ ਰਿਕਾਰਡ ਸੀ ਉਦੋਂ ਸਾਂਝਾ ਸਾਰੇ ਕਲਾਕਾਰਾਂ ਦਾ ਛੇਤੀ ਛੇਤੀ ਉਹਦਾ ਗੱਭਰੂ ਉਹਦੇ ਵਿੱਚ ਤੁਹਾਡੇ ਇੱਕ ਗੀਤ ਜਿਹੜਾ ਆਇਆ ਠੀਕ ਹੈ ਤੇ ਅੱਗੋਂ ਫਿਰ ਸਦੀਕ ਸਾਹਿਬ ਨਾਲ ਤੁਹਾਡਾ ਨਾਤਾ ਜੁੜਿਆ ਕਿਉਂਕਿ ਬਹੁ ਗਿਣਤੀ ਜਿਹੜੇ ਗੀਤ ਆ ਤੁਹਾਡੇ ਉਹ ਸਦੀਕ ਸਾਹਿਬ ਨੇ ਗਾਏ ਬਿਲਕੁਲ ਬਰਨਜੀਤ ਕੌਰ ਹੋਣਾ ਨੇ ਉਹਨਾਂ ਦੇ ਨਾਲ ਫਿਰ ਕਿਵੇਂ ਰਾਬਤਾ ਬਣਾਇਆ ਤੁਸੀਂ ਬਸ ਇੱਕ ਦਿਨ ਮੈਂ ਸੋਚਿਆ ਵੀ ਕਿਉਂ ਨਾ ਸਦੀਕ ਸਾਹਿਬ ਨੂੰ ਮਿਲਿਆ ਜਾਵੇ ਕਿਉਂਕਿ ਇਹ ਵੀ ਬੁਲੰਦੀਆਂ ਤੇ ਉਹਨਾਂ ਦੇ ਚੋਟੀ ਦੇ ਦੀ ਮੈਂ ਆਖਿਆ ਜੇ ਚਲੋ ਇਹਨਾਂ ਨਾਲ ਮੇਰਾ ਮੇਲ ਜੋਲ ਹੋ ਜੇ ਵੀ ਫਿਰ ਉਹਨਾਂ ਬੜਾ ਝਾਕਣ ਦੀ ਲੋੜ ਨਹੀਂ ਹੈ ਮੈਂ ਚਲੋ ਇਹਨਾਂ ਕੋਲੇ ਗੀਤ ਲੈ ਕੇ ਚਲਿਆ ਗਿਆ ਇਹਨਾਂ ਦੀ ਭਾਈ ਪਾਰਖੂ ਅੱਖ ਹੈ ਰਿਕਾਰਡ ਦੀ ਕੱਲ ਦਾ ਕਾਲਜਾ ਦੁਖਦਾ ਜੋ ਉਹਦੇ ਮੇਰੇ ਗੀਤ ਦੀ ਮੂੰਹ ਨਿਆਣਿਆਂ ਦੇ ਧੋਣ ਜੋਗਾ ਜੇਠ ਰਹਿ ਗਿਆ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟ ਦਾ ਬਾਪਲੇ ਵਾਲਾ ਤਾਂ ਲੈ ਗਿਆ ਚਾਲ ਨਾਲ ਬਾਜੀ ਤੇ ਉਦੋਂ ਬਾਅਦ ਆਖਰੀ ਤਰੀਕ ਆਇਆ ਸੀਗਾ ਇੱਕ ਰਿਕਾਰਡ ਇਹਨਾਂ ਦਾ ਸਾਧੂ ਸਾਹਿਬ ਦੇ ਨਾਲ ਹਾਂ ਉਹ ਜੀ ਫਿਰਦਾ ਵਿੱਚ ਤੀਆਂ ਦੇ ਤੇਰਾ ਯਾਰ ਬੁਲਾਉਂਦਾ ਬਾਪਲੇ ਵਾਲੇ ਨੂੰ ਪਰ ਉਦੋਂ ਬਾਅਦ ਮੋਟੀ ਵਾ ਹਾਂਜੀ ਉਦੋਂ ਬਾਅਦ ਮੋਟੀ ਮੋਟੀ ਅੱਖ ਵਾਲੀ ਕੈਸਟ ਆਈ ਹਾਂਜੀ ਉਹ 'ਚ 7 ਗੀਤ ਮੇਰੇ ਸੀਗੇ ਬਸ ਇਸ ਤਰ੍ਹਾਂ ਹੁਣ ਕਿੰਨੇ ਕੁ ਗਿਣੀ ਆਈ ਗਏ ਨੇ ਹਾਂ ਉਹ ਵਗੈਰਾ ਵਗੈਰਾ ਗੀਤ ਬੜੇ ਹਾਂ ਉੱਠਦੀਆਂ ਪੂਛ ਵਰਗਾ ਹਾਂ ਡਾਕਟਰ ਭੀਮ ਚੜਾਉਂਦਾ ਪੇਕੀ ਮੇਰੇ ਉਹ ਜਿਹੜਾ ਗੀਤ ਆ ਇਹ ਡਾਕਟਰ ਭੀਮ ਚੜਾਉਂਦਾ ਇਹ ਕਿਵੇਂ ਤੁਹਾਡੇ ਸਟੋਰੀ ਦਿਮਾਗ 'ਚ ਕੋਈ ਵਾਪਰਿਆ ਹੀ ਕਰਨਾ ਇੱਦਾਂ ਦੀ ਇਹ ਅਸਲ ਜੀ ਉਹਨਾਂ ਦਿਨਾਂ 'ਚ ਨਸ਼ਾ ਛਡਾਓ ਭੀਮ ਛੱਡਣ ਦਾ ਬੜਾ ਰੁਝਾਨ ਚੱਲਿਆ ਹੋਇਆ ਸੀ ਅੱਛਾ ਜੀ ਆਹ ਸਾਡੇ ਨੇੜੇ ਹੀ ਬੰਦਾ ਇੱਕ ਡਾਕਟਰ ਦੀ ਭੀਮ ਛਡਾਉਂਦਾ ਸੀ ਅੱਛਾ ਬਸ ਉਹਨੂੰ ਦੇਖ ਕੇ ਮੈਂ ਆਈਡੀਆ ਕਰ ਲਿਆ ਠੀਕ 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 ਤੇ ਗੀਤ ਲਿਖੇ 70 ਵੀ ਜਿਹੜੇ ਨਾ ਵਾਪਰਿਆ ਵਾਲੇ ਹਾਂ ਇੱਕ ਫਿਲਮ ਕੋ ਬਣਾ ਕੇ ਦਿਵਾ ਨਹੀਂ ਫਿਰ ਉਹ ਆਮ ਆਪਣੇ ਵਾਪਰਨ ਵਾਲੀ ਗੱਲ ਹੀ ਹੈ ਸਦੀਕ ਸਾਹਿਬ ਇਹੋ ਜਿਹੇ ਮਜ਼ਾਇਆ ਮਜ਼ਾਇਆ ਗੀਤਾਂ ਨੂੰ ਵਾਹ ਕੀ ਬਾਤ ਹੈ ਯਾਰ ਨਾ ਪੇਸ਼ ਕਰ ਅੱਛਾ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਜ਼ਰੂਰ ਕਹੂੰਗਾ ਜੀ ਵੀ ਜੇ ਇਹ ਗੀਤ ਜੀ ਜਿਹੜੇ 5-7 ਗੀਤ ਮੇਰੇ ਜ਼ਿਆਦਾ ਮਕਬੂਲ ਹੋਏ ਨੇ ਹਾਂ ਜੀ ਸਦੀਕ ਸਾਹਿਬ ਨਾ ਗਾਉਂਦੇ ਜੀ ਹਾਂ ਸ਼ਾਇਦ ਇਹ ਗੀਤ ਚੱਲਦੀ ਨਾ ਜੀ ਇਹ ਗੱਲ ਹੋਰ ਹੈ ਜੀ ਇਹ ਸਦੀਕ ਸਾਹਿਬ ਦਾ ਜਿਹੜਾ ਪੇਸ਼ ਕਰਨ ਦਾ ਲਹਿਜਾ ਉਹ ਹੋਰ ਕਿਸੇ ਕੋਲੋਂ ਬਣਨਾ ਨਹੀਂ ਸੀ ਇਹ ਗੀਤ ਦੱਬੇ ਦਬਾਏ ਰਹਿ ਗਏ ਇਹ ਤਾਂ ਯਾਰ ਨਾ ਗੀਤ ਨੂੰ ਨਾਟਕ ਵਾਂਗੂ ਸਟੇਜ ਤੇ ਖੇਡਦੇ ਇੱਕ ਉਹ ਵੀਡੀਓ ਬਣਾ ਦਿੰਦੇ ਬਿਲਕੁਲ ਮੈਂ ਕਹਿੰਦਾ ਘੁੰਮੀ ਜਾਂਦੀ ਉਹ ਹੂ ਹੂ ਉਹੀ ਪਾਤਰ ਬਣ ਕੇ ਗੀਤ ਗਾਉਂਦੇ ਨੇ ਬਿਲਕੁਲ ਬਿਲਕੁਲ ਲੋਕਾਂ ਨੂੰ ਆਨੰਦ ਆ ਜਾਂਦਾ ਤੇ ਇੱਕ ਤਸਵੀਰ ਪੇਸ਼ ਹੋ ਜਾਂਦੀ ਇਹ ਗੱਲ ਤੁਹਾਡੀ ਠੀਕ ਆ ਜੇ ਨਾ ਗਾਉਂਦੇ ਜੇ ਕੋਈ ਹੋਰ ਗਾ ਦਿੰਦਾ ਉਹ ਨਹੀਂ ਸੀ ਚੱਲਣੀ ਯਾਰ ਜੇ ਇਹਨਾਂ ਲੋਕਾਂ 'ਚ ਇੰਨਾ ਗੁਣ ਸੀ ਤਾਂ ਹੀ ਤਾਂ ਇਹਨਾਂ ਨੂੰ ਵੀਡੀਓਆਂ ਦੀ ਲੋੜ ਨਹੀਂ ਪਈ ਲੋੜ ਨਹੀਂ ਪਈ ਇਹ ਹੁਣ ਵਾਲਿਆਂ 'ਚ ਜੇ ਇੰਨਾ ਗੁਣ ਨਹੀਂ ਤਾਂ ਹੀ ਤਾਂ ਵੀਡੀਓ ਬਣਾਉਂਦੇ ਨੇ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਹੈ ਵੀ ਬਿਲਕੁਲ ਗੱਲ ਆ ਇਹ ਤਾਂ ਵੀਡੀਓ ਆਪ ਹੀ ਦਿਖਾ ਦਿੰਦੇ ਸੀ ਨਾਲ ਹੀ ਠੀਕ 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 ਆ ਬਾਬੂ ਸਿੰਘ ਮਾਨ ਹੋਰਾਂ ਤੋਂ ਬਾਅਦ ਸਦੀਕ ਸਾਹਿਬ ਦੇ ਦੂਸਰੇ ਤੁਸੀਂ ਗੀਤਕਾਰ ਹੋ ਜਿਨ੍ਹਾਂ ਦੇ ਜ਼ਿਆਦਾ ਗਿਣਤੀ ਗੀਤ ਜਿਹੜੇ ਉਹ ਸਦੀਕ ਸਾਹਿਬ ਨੇ ਹਾਂ ਮੈਨੂੰ ਲੱਗਦਾ ਵੀ ਸ਼ਾਇਦ ਮੇਰਾ ਦੂਜਾ ਨੰਬਰ ਹੀ ਦੂਜਾ ਨੰਬਰ ਆ ਬਿਲਕੁਲ ਬਣਦਾ ਜੀ ਤੇ ਕੋਈ ਅੰਦਾਜ਼ਾ ਹੈ ਵੀ ਕਿੰਨੇ ਗੀਤ ਤੁਹਾਡੇ ਸਦੀਕ ਸਾਹਿਬ ਹੋਰਾਂ ਨੇ ਗਾਏ ਆ ਇਹਨਾਂ ਨੇ ਕੋਈ ਮੇਰੇ 70-75 ਗੀਤ ਤਾਂ ਗਾਤੇ ਹੋਣਗੇ ਮੈਂ ਕਦੇ ਗਿਣੇ ਤਾਂ ਹੈ ਨਹੀਂ ਹੋਣਗੇ ਇੰਨੇ ਕੀ ਬਾਤ ਆ ਉਹਨਾਂ ਦੇ ਵਿੱਚ ਕੋਈ ਜ਼ਿਕਰ ਜੋ ਕੈਸ ਤਾਂ ਉਹ ਕੋਈ ਤੁਹਾਡੇ ਮਾਈਂਡ 'ਚ ਹੈ ਦਿਮਾਗ 'ਚ ਹੈ ਹਾਂ ਜਿਵੇਂ ਮੁਹੱਬਤਾਂ ਦੀ ਗੱਲ ਸਾਰੀ ਸਾਰੀ ਰਾਤ ਪੜ੍ਹਦੀ ਜੀ 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 ਤੇ ਪਹਿਲਾਂ ਆਪਾਂ ਮੂੰਹ ਨਿਆਣੇ ਦੇ ਧੋਣ ਜੋਗਾ ਜੇਠ ਰਹਿ ਗਿਆ ਉਹ ਛੜੇ ਨੂੰ ਫੜ ਕੇ ਵੀ ਸ਼ਾਇਦ ਉਹਦੇ 'ਚ ਵੀ ਮੇਰਾ ਗੀਤ ਸੀਗਾ ਸੌ ਆਪਣੇ ਕਰਦੇ ਨੇ ਤਾਇਆ ਤਾਂ ਨਿਆਣੇ ਨਹੀਂ ਲਾਉਂਦੇ ਜੀ ਜੇਠ ਮੇਰੇ ਦਾ ਹੋਇਆ ਮੰਗਣਾ ਠੀਕ ਹੈ ਹਾਂਜੀ ਬੜਾ ਮਕਬੂਲ ਮੈਨੂੰ ਭਾਈ ਜੀ ਉਠਾਈ ਜਰਾ ਬਾਹ ਫੜ ਕੇ
गीत सीगा एक किन्ना क सोना टब्बर मेरे जेड़े पिंडों होया जेठा रिश्ता तैनू वे उथों दी कल मिली जनानी सी इक मैनू वे ओ कहंदा दस्सी केरा दिल जा पैंदा जांदा काला नी किन्ना को सोहना टब्बर अपने आला नी जी 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 ओ बड़ा एक स्टोरी है ओ मेरा ख्याल राणा सिद्धू होरां वी कराया ओ तुहाडे ओ बस उहनां ने बाद च कराता होऊगा घर ਤੇ ਹਾਂ ਪਹਿਲਾਂ ਤਾਂ ਇਹਨਾਂ ਨੇ ਹੀ ਸੌਂ ਲਗਾਇਆ ਬੜੀ ਉਹ ਗੀਤ ਹੈ ਤੀ ਪੀਂਦੇ ਪੀਂਦੇ ਠੇਕੇ ਉੱਤੇ ਹੋ ਗਏ ਡਾਂਡਾ ਮੋੜਾ ਕੀ ਹੋ ਗਿਆ ਜੀ ਹਾਂ ਉਹ ਬਹੁਤ ਖੂਬ ਜਿਵੇਂ ਬੱਜਿਆ ਮੌੜਾ ਦੇ ਵਿੱਚ ਤੇ ਡਾਂਡਾ ਹੋ ਗਿਆ ਤੱਕ ਮਿੱਤਰਾ ਤੂੜੀ ਵਾਲੇ ਕੁੱਪ ਚੋਂ ਲੈ ਗਿਆ ਕੱਢ ਕੇ ਭੁੱਖੀ ਭੋਗੀ ਵਾਹ ਵਾਹ ਜੀ ਵਾਹ ਮੂੰਹ ਦੇ ਰਾਤ ਵਾਰ ਵੀ ਅੱਖ ਰੱਖਦੀ ਤੇਰੇ ਤੇ ਸ਼ਕੀਨਾ ਇਹ ਵੀ ਟਾਈਟਲ ਸੀ ਕਹਿ ਸਕਦਾ ਹਾਂ ਠੀਕ ਇਹ ਫਿਰ ਵਾਸਲ ਸਾਹਿਬ ਇਹ ਗੀਤ ਇਹਨੇ ਰਿਕਾਰਡ ਹੁੰਦੇ ਗਏ ਵੱਖ ਵੱਖ ਕੰਪਨੀਆਂ ਦੇ ਵਿੱਚ ਕੋਈ ਤੁਹਾਨੂੰ ਮਿਹਨਤਾਨਾ ਮੁਆਵਜ਼ਾ ਵਗੈਰਾ ਮਿਲਦਾ ਰਿਹਾ ਬਸ ਯਾਰ ਦੇਖੋ ਇਹ ਸਬਜੈਕਟ ਦਾ ਆਪਾਂ ਨਾਂ ਛੋਈਏ ਤਾਂ ਇਹ ਠੀਕ ਹੈ ਅੱਛਾ ਜੀ ਹਾਂ ਇਹਦੇ ਚੋਂ ਕੁਛ ਨਹੀਂ ਕੱਢਣ ਪਾਣ ਨੂੰ ਗੱਲਾਂ ਬਾਤਾਂ ਨੇ ਠੀਕ ਹੈ ਹੁਣ ਤੁਸੀਂ ਐਂ ਦੇਖੋ ਹਾਂਜੀ ਵੀ ਜੇ ਮੈਨੂੰ ਕੁਛ ਨਾ ਕੁਛ ਮਿਲਦਾ ਹੁੰਦਾ ਯਾਰ ਹਾਂਜੀ ਵੀ ਮੈਂ ਫਿਰ ਗੀਤ ਹੀ ਨਾ ਲਿਖੀ ਜਾਂਦਾ ਠੀਕ ਆ ਕੀ ਲੋੜ ਸੀ ਮੈਨੂੰ ਹਲਦੀ ਮਿਰਚ ਵੇਚਣ ਦੀ ਮੈਂ ਆਪ ਹੈਰਾਨ ਮੈਂ ਵੀ ਸੁਣਦਾ ਵੀ ਫਲਾਣੇ ਨੇ ਡੇਢ ਲੱਖ ਲੈ ਲਿਆ ਧਿਮਕੇ ਨੇ 2 ਲੱਖ ਲੈ ਲਿਆ ਦੇਖੋ ਅਸੀਂ ਤਾਂ ਅੱਜ ਤੱਕ ਜੇ ਸਾਰੇ ਗੀਤ ਦੇ ਪੈਸੇ ਇਕੱਠੇ ਕਰ ਲਈਏ ਤਾਂ ਨੀ 7.5 ਲੱਖ ਬਣਦਾ ਕਦੀ ਤੁਸੀਂ ਮੰਗਿਆ ਵੀ ਨਹੀਂ ਕਿਸੇ ਕੋਲੋਂ ਵੀ ਯਾਰ ਮੈਨੂੰ ਕੁਝ ਨਾ ਕੁਝ ਮਿਹਨਤਾਨਾ ਚਾਹੀਦਾ ਜਾਂ ਦਿਓ ਤੁਸੀਂ ਕੋਈ ਗੱਲ ਇੱਦਾਂ ਦੀ ਚੱਲੀ ਹੋਵੇ ਕਿਸੇ ਸਿੰਗਰ ਨਾਲ ਦੇਖੋ ਪਹਿਲੀ ਗੱਲ ਦਾ ਮੈਂ ਅੱਜ ਤੱਕ ਕਿਸੇ ਨੂੰ ਕਿਹਾ ਨਹੀਂ ਜੇ ਕਿਸੇ ਨੇ ਜੇ ਕਿਸੇ ਨੂੰ ਕਿਹਾ ਵੀ ਹੋਊਗਾ ਤਾਂ ਉਹਨੇ ਮੈਨੂੰ ਦਿੱਤਾ ਨਹੀਂ ਠੀਕ 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 ਇਹ ਇੱਕ ਸਾਡੀ ਗੀਤਕਾਰੀ ਦਾ ਇੱਕ ਨਾ ਉਹ ਆ ਕਹਿ ਸਕਦਾ ਮਾੜਾ ਪੁਆਇੰਟ ਆ ਬੜੇ ਗੀਤਕਾਰਾਂ ਦੀ ਬਹੁਤ ਮਾੜਾ ਪੁਆਇੰਟ ਹੈ ਜੀ ਜੇ ਉਹ ਕਈ ਗੀਤਕਾਰ ਦੇਖੋ ਸਾਡਾ ਕੋਈ ਗੀਤ ਰਿਕਾਰਡ ਵੱਜਦਾ ਜਾਂ ਕੋਈ ਸ਼ੋਅ ਹੁੰਦਾ ਉਹਦੇ ਵਿੱਚ ਗੀਤਕਾਰ ਦਾ ਬਰਾਬਰ ਦਾ ਹੱਕ ਹੈ ਹੋਣਾ ਚਾਹੀਦਾ ਹੱਥ ਹੁੰਦਾ ਜੀ ਜੀ ਯਾਰ ਮੈਨੂੰ ਦੱਸੋ ਕੱਲਾ ਆਲਾਪ ਕੋਈ ਸੁਣ ਲੂ 20 ਰੁਪਿਆਂ ਤੇ ਨਹੀਂ ਲੈ ਜਾਂਦਾ ਗਾਉਣ ਵਾਲੇ ਨਾ ਨਾ ਮਤਲਬ ਨਹੀਂ ਉਹ ਜੇ ਸ਼ਬਦ ਨਹੀਂ ਹੋਣਗੇ ਉਹੀ ਗੀਤ ਸ਼ਬਦ ਗੀਤਕਾਰ ਦਿੰਦਾ ਜੀ 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 ਕਲਾਕਾਰ ਉਹ ਕਈ ਸਾਲ ਗਾ ਗਾ ਕੇ ਆਪਣੀਆਂ ਕਮਾਈਆਂ ਕਰਦਾ ਬਿਲਕੁਲ ਚਾਹੀਦਾ ਹੁਣ ਗੀਤਕਾਰੀ ਦੀ ਗੱਲ ਕਰੀ ਚਤਰ ਸਿੰਘ ਪਰਵਾਣਾ ਵੀ ਐਡੇ ਗੀਤਕਾਰ ਹੋਏ ਨੇ ਤੇ ਸ਼ਾਇਦ ਜੇ ਕਰਮਜੀਤ ਅਨਮੋਲ ਭਜਨ ਸ਼ੇਰਾ ਅਰਥ ਤਲੀ ਮਤੋਈ ਸ਼ੌਕ ਤਲੀ ਮਤੋਈ ਠੀਕ ਹੈ ਤੇ ਸ਼੍ਰੀ ਕੁਲਦੀਪ ਮਾਨ ਜੀ ਤੇ ਇੱਕ ਭਾਈ ਸਾਡੇ ਭਗਵੰਤ ਮਾਨ ਲਾੜੇ ਵਿਕਣੇ ਆਏ ਨੀ ਕੁੜੀਓ ਲਾੜੇ ਵਿਕਣੇ ਆਏ ਜੀ ਜੀ ਬਿਲਕੁਲ ਜੈ ਬੋਲੋ ਰਿਸ਼ਵਤ ਖੋਰੀ ਦੀ ਬੋਲੋ ਰਿਸ਼ਵਤ ਖੋਰੀ ਦੀ ਅੱਜ ਕੱਲ ਦੁਨੀਆਂ ਤੇ ਚੱਲਦੀ ਸੋਸੇਬਾਜੀ ਜੀ 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 ਢੋਲ ਦੀ ਲੈ ਤੇ ਬਸ ਜਰਾ ਕੋਈ ਜਾਣੇ ਲੱਕ ਮਟਕਾਉਣਾ ਜੀ ਕਰ ਹੈ ਕਰ ਵਰਦੀ ਧਾਰੀ ਨਾਲ ਜਿੰਦੇ ਹੋਣ 17-18 ਸੁਰ ਸਮਰਾਟ ਤਾਲ ਦਾ ਰਾਜਾ ਲਿਖਦੇ ਬਣ ਅਖਬਾਰਾਂ ਫੇਰ ਸਮਝ ਲਓ ਨੋਟਾਂ ਦੇ ਵਿੱਚ ਖੇਡਣ ਲੱਗ ਪਏ ਭਾਜੀ ਅੱਜ ਕੱਲ ਦੁਨੀਆਂ ਤੇ ਚੱਲਦੀ ਸੋਸੇ ਬਾਜੀ ਕੀ ਬਾਤ ਹੈ ਜੀ ਦਰਸ਼ਕੋ ਸਾਡੇ ਨਾਲ ਸੁਰੇਸ਼ ਬਾਂਸਲ ਜੀ ਮਿਲਦੇ ਕਿ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਗੱਲਾਂ ਬਾਤਾਂ ਚੱਲ ਰਿਹਾ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਜੀ ਸੁਰੇਸ਼ ਬਾਂਸਲ ਜੀ ਦੇ ਨਾਲ ਬਾਂਸਲ ਸਾਹਿਬ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਚੱਲ ਸੋ ਚੱਲ ਗੀਤ ਕਲਾਕਾਰ ਆਉਣੇ ਸ਼ੁਰੂ ਹੋ ਗਏ ਦੁਕਾਨ 'ਤੇ ਤਾਂ ਫਿਰ ਮੇਲਾ ਲੱਗਾ ਰਹਿੰਦਾ ਹੋਊਗਾ ਕਿਸੇ ਸਮੇਂ ਇੱਕ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਇਹ ਚੱਲਦਾ ਰਿਹਾ ਸਿਲਸਿਲਾ ਜੀ ਫਿਰ ਨਹੀਂ ਆਉਂਦੇ ਰਹਿੰਦੇ ਤੀਗੇ ਆਰਟਿਸਟ ਤਾਂ ਮੇਰੇ ਕੋਲ ਅੱਛਾ ਜੀ ਅਤੇ ਬਸ ਮੇਰਾ ਜਦੋਂ ਅੱਡਾ ਉੱਥੇ ਤੀ ਉੱਥੇ ਮਿਲਣ ਆ ਜਾਂਦੇ ਹੁੰਦੇ ਆਉਂਦੇ ਰਹਿੰਦੇ ਤੀ ਆਰਟਿਸਟ ਉਹਨਾਂ ਦੇ ਵਿੱਚ ਕੌਣ ਕੌਣ ਹੋ ਗਏ ਸੀ ਉਸ ਵੇਲੇ ਮੇਰੇ ਕੋਲ ਕੋਈ ਇੱਦਾਂ ਦਾ ਦਦਾਰ ਸੰਧੂ ਸਾਹਿਬ ਆਏ ਨੇ ਕਈ ਵਾਰ ਹਾਂ ਰਾਜਵਿੰਦਰ ਕੌਰ ਪਟਿਆਲਾ ਜੀ 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 ਤੇ ਨਾਲ ਕਿਹੜਾ ਗਾਉਂਦਾ ਰਾਜਾ ਸਿੱਧੂ ਸਿੱਧੂ ਹਾਂ
ਸਦੀਕ ਸਾਹਿਬ ਤਾਂ ਆਉਂਦੇ ਹੀ ਆਉਂਦੇ ਸੀ, ਜਿਵੇਂ ਕਰਮਜੀਤਨ ਬੋਲ ਹਰ ਭਜਨ ਸ਼ੇਰਾ, ਭਗਵੰਤ ਮਾਨ, ਭਗਵੰਤ ਮਾਨ ਤਾਂ ਖੈਰ ਹੁਣ ਵੀ ਗੇੜਾ ਮਾਰ ਜਾਂਦਾ ਪ੍ਰੇਮ ਉਹੀ ਆ ਸਾਡਾ, ਫੋਨ ਵੀ ਕਦੇ ਨਾ ਕਦੇ ਆਉਂਦਾ ਰਹਿੰਦਾ, ਕੋਈ ਇਹ ਨਹੀਂ ਗੱਲ। ਮੈਂ ਅਗਲਾ ਸਵਾਲ ਮੇਰਾ ਇਹ ਸੀ ਵੀ ਸਦੀਕ ਸਾਹਿਬ ਵੀ MP ਬਣ ਗਏ, ਭਗਵੰਤ ਮਾਨ ਜੀ MP ਬਣ ਗਏ ਦੂਸਰੀ ਵਾਰ ਬਣ ਗਏ, ਉਹ ਤਾਂ ਤੇ ਉਹਨਾਂ ਦਾ ਤੁਹਾਡੇ ਨਾਲ ਨੇੜਤਾ ਅੱਜ ਕਿੰਨੀ? ਮੈਂ ਯਾਰ ਉਹਨਾਂ ਵਾਸਤੇ ਉਹੀ ਆ। ਠੀਕ ਆ, ਵਧੀਆ ਗੱਲ ਹੈ MP ਬਣ ਗਏ, ਠੀਕ ਠੀਕ, ਸਾਨੂੰ ਵੀ ਮਾਣ ਹੈ, ਅਸੀਂ ਵੀ ਕਹਿ ਸਕਦੇ ਹਾਂ ਵੀ ਭਾਈ ਸਾਡੇ ਦੋ MP ਨੇ, ਸਾਡੇ ਯਾਰ ਸਾਡੇ ਮਿੱਤਰ ਨੇ, ਸੱਚੀ ਮਿੱਚੀ ਦੋ ਨੇ, ਦੇਖੋ ਇਹ ਤੇ ਰੌਲਾ ਤਾਂ ਹੈ ਨਹੀਂ, ਬਿਲਕੁਲ ਝੂਠੀ ਗੱਲ, ਸਾਨੂੰ ਤਾਂ ਇੰਨਾ ਹੀ ਮਾਣ ਬਹੁਤ ਹੈ ਵੀ ਸਾਨੂੰ 1000 ਬੰਦੇ ਚੋਂ ਬੁਲਾਉਣਗੇ ਆਕ ਮਾਰ ਕੇ, ਬੜੀ ਖੁਸ਼ੀ ਦੀ ਗੱਲ ਹੈ। ਬੰਸਲ ਸਾਹਿਬ ਜਦੋਂ ਜਿਹੜੇ ਸਾਲਾਂ ਦੇ ਗੀਤ ਰਪਾਉਂਦੇ ਤੁਸੀਂ ਦੱਸ ਦਿਓ ਕਿ 80-84 ਲੁਧਿਆਣੇ ਉਦੋਂ ਹੱਬ ਹੁੰਦਾ ਸੀ, ਹਾਂਜੀ ਹਾਂਜੀ, ਤੇ ਉੱਥੇ ਜਾਂਦੇ ਕਿ ਉਹਨਾਂ ਨਾਲ ਹੋਰ ਉੱਥੇ ਕਿਹੜੇ ਕਿਹੜੇ ਕਲਾਕਾਰ ਦਿੱਤਾ ਦਦਾਰ ਸੰਧੂ ਜੀ ਦਾ ਜਿਕਰ ਕੀਤਾ ਤੁਸੀਂ? ਹਾਂ, ਅਮਰ ਸਿੰਘ ਚਮਕੀਲਾ, ਚਮਕੀਲੇ ਨਾਲ ਜੁੜੀ ਕੋਈ ਯਾਦ ਕੋਈ ਸਾਂਝੀ ਕਰਨੀ ਚਾਹੋ ਜੀ? ਚਮਕੀਲੇ ਨਾਲ ਯਾਦ ਕਈ ਵਾਰ, ਜਿਵੇਂ ਉਰੇ ਇੱਕ ਪ੍ਰੋਗਰਾਮ ਪਹਿਲਾਂ ਤੁਸੀਂ ਜਿਸ ਵੇਲੇ ਸੰਘਰਸ਼ ਚੱਲਦਾ ਚਮਕੀਲਾ ਗਿਆ ਤੁਸੀਂ ਵੀ ਨਾਲ? ਬਿਲਕੁਲ ਜੀ ਬਿਲਕੁਲ, ਉੱਥੇ ਰਮਲੇ ਦੇ ਘਰੇ, ਠੀਕ ਆ, ਅਸੀਂ ਗੱਲਾਂ ਕਰੀਆਂ ਨੇ ਬਾਜੇ ਦੇ ਨਾਲ ਗਾਈਆਂ ਦਾ, ਦਦਾਰ ਸੰਧੂ ਨਾਲ ਜਾਂ ਚਮਕੀਲੇ ਨੂੰ ਗੀਤ ਦੇਣ ਦਾ ਜਾਂ ਕਦੇ ਰਿਕਾਰਡ ਕਰਾਉਣ ਦਾ? ਨਹੀਂ ਕਦੇ, ਮੈਨੂੰ ਲੋੜ ਹੀ ਨੀ ਪਈ, ਮੈਂ ਜਿੰਨਾ ਕੁ ਲਿਖਦਾ ਸੀ ਮੇਰਾ ਰਿਕਾਰਡ ਹੋ ਜਾਂਦਾ, ਸੰਧੂ ਸਾਹਿਬ ਤਾਂ ਆਪਦਾ ਹੀ ਲਿਖਦੇ ਸੀ, ਚਮਕੀਲਾ ਵੀ ਆਪਦਾ ਲਿਖਦਾ ਸੀ, ਖੈਰ ਉਹਨਾਂ ਦਿਨਾਂ ਚ ਉਦੋਂ ਬਾਅਦ ਹੀ ਚੱਲਿਆ ਚਮਕੀਲਾ ਨਾ, ਹਾਂ, ਬਾਕੀ ਕਦੇ ਲੋੜ ਹੀ ਨੀ ਸਮਝੀ, ਸਦੀਕ ਸਾਹਿਬ ਕਰਾਈ ਜਾਂਦੇ ਸੀ, ਯਾਰ ਇੱਕ ਬੰਦਾ ਕਿੰਨੇ ਕੁ ਗੀਤ ਲਿਖ ਸਕਦਾ, ਲੋੜ ਹੀ ਨੀ ਸਮਝੀ ਕੋਈ, ਬਸ ਵਧੀਆ। ਠੀਕ ਠੀਕ, ਜਦੋਂ ਪੰਜਾਬ ਦਾ ਮਾਹੌਲ ਖਰਾਬ ਜਿਹਾ ਸੀ ਕੁਛ, ਹਾਂਜੀ, ਉਦੋਂ ਗਾਇਕਾਂ ਗੀਤਕਾਰਾਂ ਨੂੰ ਵੀ ਬੜੀਆਂ ਧਮਕੀਆਂ ਹਮਕੀਆਂ ਆਉਂਦਾ ਸੀ, ਕਦੇ ਏਦਾਂ ਦਾ ਕੁਛ ਹੋਇਆ ਤੁਹਾਡੇ ਨਾਲ? ਨਾ, ਮੈਨੂੰ ਨਹੀਂ ਕਦੇ ਹੋਇਆ, ਹਾਲਾਂਕਿ ਨੇੜੇ ਤੇਰੇ ਬੰਦੇ ਕਈ ਵਾਰੀ ਮਿਲ ਮੁੜ ਜਾਂਦੇ ਸੀ ਕੋਈ, ਪਰ ਆਪਾਂ ਨੂੰ ਕਦੇ ਕਿਸੇ ਨੇ ਇਹੋ ਜਿਹਾ ਕੁਛ ਨਹੀਂ ਕੀਤਾ ਵੀ ਮੈਨੂੰ ਧਮਕੀ ਦੇਵੇ ਕੋਈ। ਠੀਕ ਹੈ, ਹਾਂ ਯਾਰ, ਮਕਬੂਲੀਅਤ ਹਾਸਲ ਕੀਤੀ ਇਸ ਗੀਤ, ਸਦੀਕ ਸਾਹਿਬ ਦੇ ਨਾਲ ਸਾਂਝਾ ਤਵਾ ਸੀ, ਇਹ ਉਸ ਤੋਂ ਬਾਅਦ ਰਮਲਾ ਜੀ ਨੇ ਤੁਹਾਡੇ ਨਾਲ ਸੰਪਰਕ ਨਹੀਂ ਬਣਾਇਆ ਵੀ ਬਾਂਸਲ ਜੀ ਗੀਤ ਹੋਰ ਦਿਓ ਜਾਂ ਮੈਂ ਗਾਵਾਂ ਕਿਵੇਂ, ਕੋਈ ਚਾਂਸ? ਕਿਉਂਕਿ ਦੋ ਹੀ ਗੀਤ ਨਹੀਂ ਨਹੀਂ ਦੇਖੋ, ਸ਼ਾਇਦ ਉਹ ਨਾ ਕਰਦੇ ਮੈਨੂੰ ਗੀਤ ਰਿਕਾਰਡ ਕਰਾਉਣ ਵਾਸਤੇ, ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੰਨੇ ਮੇਰੇ ਕੋਲ ਗੀਤ ਹੀ ਨਹੀਂ ਹੈਗੇ, ਬਸ ਫਿਰ ਮੈਨੂੰ ਐਂ ਹੋ ਗਿਆ ਵੀ ਇਹਨਾਂ ਵਾਸਤੇ ਲਿਖੀ ਜਾਓ, ਆਪਾਂ ਤਾਂ ਰਿਕਾਰਡ ਹੀ ਕਰਾਉਣੇ ਨੇ। ਉਸ ਤੋਂ ਬਾਅਦ ਬਾਂਸਲ ਸਾਹਿਬ 90 ਤੋਂ ਬਾਅਦ ਇੱਕ ਨਾਮ ਬੜਾ ਉੱਭਰ ਕੇ ਸਾਹਮਣੇ ਆਇਆ, ਪਰ ਉਸਨੇ 5-7 ਸਾਲ ਜਿੰਨਾ ਚਿਰ ਉਸ ਗਾਇਕ ਦੀ ਜ਼ਿੰਦਗੀ ਰਹੀ ਉਹਨੇ ਤਹਿਲਕਾ ਮਚਾ ਛੱਡਿਆ, ਮੇਜਰ ਰਾਜਸਥਾਨੀ ਦੀ ਮੈਂ ਗੱਲ ਕਰ, ਹਾਂਜੀ, ਉਹ ਵੀ ਤੁਹਾਡੇ ਕੋਲ ਆਏ ਸੀ? ਹਾਂ, ਉਹਨਾਂ ਨੇ ਵੀ ਮੇਰਾ ਇੱਕ ਗੀਤ ਰਿਕਾਰਡ ਕਰਾਇਆ, ਕਹਿੰਦੇ ਵੀ ਪਹਿਲਾਂ ਇੱਕ ਵਾਰੀ ਆਏ ਤੁਸੀਂ ਉਹਨਾਂ ਨੂੰ ਨਾ ਕਰਦੀ ਸੀ, ਇਹ ਮੈਂ ਗੱਲ ਸੁਣੀ ਆ, ਉਹ ਦੱਸੋ ਕਾ? ਤੇ ਉਹ ਤਾਂ ਉਦੋਂ ਖੈਰ ਬਾਹਲਾ ਨਾਂ ਹੈ ਨਹੀਂ ਸੀ ਉਹਨਾਂ ਦਾ, ਅੱਛਾ ਜੀ, ਉਹਨਾਂ ਦਿਨਾਂ 'ਚ ਆਏ ਸੀ ਮੇਰੇ ਕੋਲ, ਕਹਿੰਦੇ ਯਾਰ ਗੀਤ ਦੇ ਕੋਈ, ਮੈਂ ਆਖਿਆ ਮੇਜਰ ਵੀ ਮੈਂ ਤੇਰੇ ਵਾਲੇ ਗੀਤ ਨਹੀਂ ਲਿਖਦਾ, ਚਲੋ ਹੋਈ ਮੁੱਕੀ ਗੱਲ। ਉਦੋਂ ਬਾਅਦ ਪ੍ਰਿਆ ਰਿਕਾਰਡਿੰਗ ਕੰਪਨੀ ਵਾਲੇ ਸੀ ਜਿਹੜੇ, ਹਾਂਜੀ, ਬਾਂਸਲ ਦੇ, ਉਹ ਮੈਂ ਤੋਂ ਦੋ ਗੀਤ ਲੈ ਗਏ ਡਿਊਟ, ਤੇ ਫਿਰ ਉਹਨਾਂ ਨੇ ਇੱਕ ਗੀਤ ਮੇਰਾ ਮੇਜਰ ਰਾਜਸਥਾਨੀ ਤੇ ਸੋਨੀਆ ਪ੍ਰੀਤ ਸੁਰਪ੍ਰੀਤ ਸੋਨੀਆ ਉਹਦੀ ਆਵਾਜ਼ 'ਚ ਰਿਕਾਰਡ ਕਰਾਇਆ ਸੀ, ਮੁੰਦੀ ਮੋੜ ਕੇ ਤਰਿੰਜਣਾ 'ਚ ਮਿੱਤਰ ਆਵੇ ਪਤਲੋ ਨੂੰ ਮਿਲਣਾ ਖੱਟ ਗਿਆ, ਹੋਇਆ ਬੜਾ ਬਿਨਾਂ ਦੇ ਯਾਰੀ ਲੱਗੀ ਹੋਵੇ ਕਿਹੜੀ ਗੱਲ ਨੂੰ ਪਾਸਾ ਹੱਟ ਗਿਆ, ਹਾਂ ਜਿੰਨਾ ਫਿਰ ਟਾਈਟਲ ਹੀ ਬਣਿਆ, ਹਾਂ ਟਾਈਟਲ ਹੀ ਬਣਿਆ, ਜੀ 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 ਜੀ, ਮੈਂ ਤਾਂ ਆਪ ਸਗੋਂ ਰਿਹਾ ਪੁਛਤਾ ਨੀ, ਨਾਲੇ ਦਿਲ ਦੇ ਨਾ ਪੂਰੇ ਹੋਏ ਜਾ ਨੀ, ਨਾਲੇ ਬਾਪਲੇ ਵਾਲੇ ਨੇ ਸਾਰੇ ਪਿੰਡ ਤੋਂ ਕਰਾ ਲਈ ਐਵੇਂ ਕੂਰ ਕੂਰ ਨੀ, ਵੇਖੀ 18 ਵਾਰੀ ਜਮਾ ਕੇ ਹਨ ਨੇ ਨਾ ਉਤਰੀ ਕਦੇ ਵੀ ਪੂਰ ਨੀ।
ਮੈਂ ਲਿਖਿਆ ਤਾਂ ਉਹ ਸੁਖਵੰਤ ਸੁਖੀ ਨੂੰ ਮੁੱਖ ਰੱਖ ਕੇ ਬਸ ਉਹ ਸਵਾਬੀ ਨੇ ਬਣਿਆ ਉਹਨਾਂ ਤੋਂ ਕਰਾਉਣ ਦਾ ਗੀਤ ਠੀਕ ਆ ਤੇ ਬਲਕਿ ਅੰਤਰੇ ਵੀ ਉਹਦੇ ਸੱਤ ਅੱਠ ਦੇ ਗੀਤ ਦੇ ਅੱਛਾ ਜੀ ਬਲੇ ਹਾਂ ਉਹ ਬਾਅਦ ਚ ਫਿਰ ਅਖਤਰ ਅਲੀ ਮਤੋਈ ਨੇ ਤਿਆਰ ਕਰਕੇ ਊਰਜਾ ਸਾਹਿਬ ਦੇ ਨਿਰਦੇਸ਼ਨ ਹੇਠਾਂ ਬਹੁਤ ਵੱਡਾ ਕੰਮ ਰੀਜ ਕਰਾਇਆ ਬਹੁਤ ਸੋਹਣਾ ਗੀਤ ਬਣਿਆ ਹਾਂ ਉਦੋਂ ਬਾਅਦ ਉਹ ਛੋਟੇ ਰੇਡੀਓ ਚ ਵਜਦਾ ਸੀ ਉਹਨਾਂ ਤੋਂ ਛੋਟੇ ਰੇਡੀਓ ਚੋਂ ਪਾਕਿਸਤਾਨੀ ਗੀਤ ਸਮਝ ਕੇ ਇਹਨਾਂ ਨੇ ਹਰਭਜਨ ਸ਼ੇਰੇ ਨੇ ਰਿਕਾਰਡ ਕਰਾਤਾ ਅੱਛਾ ਪਾਕਿਸਤਾਨੀ ਸਮਝਾ ਉਹਨੂੰ ਵੀ ਉਹਨਾਂ ਨੂੰ ਇਹਨਾਂ ਨੂੰ ਐਂ ਲੱਗਿਆ ਵੀ ਪਾਕਿਸਤਾਨੀ ਹੈ ਗੀਤ ਇਹਨਾਂ ਨੇ ਰਿਕਾਰਡ ਕਰਾਤਾ ਰਿਕਾਰਡ ਹੋਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਵੀ ਗੀਤ ਬਾਂਸਲ ਦਾ ਹੈ ਅੱਛਾ ਚਲੋ ਫਿਰ ਮੇਰੇ ਨਾਲ ਸੈਟਲਮੈਂਟ ਕਰਕੇ ਇਹਨਾਂ ਨੇ ਰਿਲੀਜ਼ ਕਰਤਾ ਸੀ ਐਂ ਹੋਏ ਗੀਤ ਠੀਕ ਗੀਤ ਜਾਣੀ ਅਖਤਰ ਅਲੀ ਵਾਲਾ ਵੀ ਬਹੁਤ ਵਧੀਆ ਵੱਜਿਆ ਜੀ ਤੇ ਸ਼ੇਰੇ ਵਾਲਾ ਵੀ ਬਹੁਤ ਵਧੀਆ ਵੱਜਿਆ ਕੋਈ ਸ਼ੱਕ ਨਹੀਂ ਉਹ ਸਦਾ ਬਹਾਰ ਗੀਤ ਆ ਉਹ ਵੀ ਬਾਕੀ ਗੀਤ ਵਧੀਆ ਗੀਤ ਹੈ ਜੀ ਤੁਹਾਡਾ ਬਾਕੀ ਗੀਤਾਂ ਵਾਂਗੂ ਅੱਜ ਵੀ ਵੱਜਦਾ ਹਾਂ ਗੀਤ ਮੇਰਾ ਬੂਟਾ ਮੁਹੰਮਦ ਤੇ ਸੁਦੇਸ਼ ਕੁਮਾਰੀ ਦਾ ਦੀ ਲਾ ਕੇ ਪੈਰਾਂ ਚੋਂ ਪਜੇਬਾਂ ਬੰਨ ਲੈ ਚੁੰਨੀ ਦੇ ਲੜ ਬੱਲੀਏ ਉਹ ਵੀ ਹੁੱਜ ਮਾਰ ਕੇ ਡਾਂਗ ਦੀ ਭੰਨ ਦੇ ਖੰਭੇ ਤੇ ਲਾਟੂ ਜਾਗਦਾ ਵੇ ਉਹ ਵੀ ਗੀਤ ਵਧੀਆ ਸੋਹਣਾ ਹੋਇਆ ਸੀ ਮੁਹੰਮਦ ਬੂਟਾ ਚੱਲਿਆ ਜੀ ਹਾਂ ਜੀ ਠੀਕ ਹੈ ਸ਼ਾਇਦ ਲੱਗ ਜਾਂਦਾ ਜੇ ਮੇਰਾ ਮੇਲ ਮੁਹੰਮਦ ਸਦੀਕ ਜੀ ਨਾਲ ਨਾ ਹੁੰਦਾ ਜੀ ਇਹ ਬੜੇ ਸਿਆਣੇ ਨੇ ਬਿਲਕੁਲ ਸੰਭਲ ਕੇ ਚੱਲਦੇ ਮੈਂ ਯਾਰ ਬਹੁਤ ਕੁਛ ਸਿੱਖਿਆ ਇਹਨਾਂ ਤੋਂ ਜਿਹੜਾ ਗੀਤ ਮੇਲਣ ਬਣ ਕੇ ਜਾਣਾ ਉਹਦਾ ਮੈਂ ਜ਼ਿਕਰ ਕਰਦਾ ਥੋੜ੍ਹਾ ਜਿਹਾ ਉਹ ਉਹਦੇ ਰਮਲਾ ਸਾਹਿਬ ਆਪਣੇ ਅੰਦਾਜ਼ ਮੁਤਾਬਕ ਉਹਨਾਂ ਤੱਤਾਂ ਵਰਤਿਆ ਤੇ ਟੋਲਾ ਮੇਲ ਚੋਂ ਸੁੱਕਾ ਆਉਂਦਾ ਰੰਨ ਤੇਰੀ ਦੇ ਜੱਟ ਆਵੇ ਦੇਖੋ ਗੱਲ ਵੀ ਤੁਸੀਂ ਉਹ ਰੰਨ ਲਫ਼ ਸ਼ਾਇਦ ਨਹੀਂ ਲਿਖਿਆ ਹੋਊਗਾ ਦੇਖੋ ਪਤਾ ਕੀ ਹੈ ਜੀ ਜਿਹੜਾ ਪੰਜਾਬ ਹੈ ਨਾ ਜੀ ਤੁਸੀਂ ਇਹਦੀ ਬੋਲੀ ਦਾ ਜੇ ਅਧਿਐਨ ਕਰੋਗੇ ਜੀ ਇੱਕ ਖਿੱਤਾ ਇੱਕ ਏਰੀਆ ਹੈ ਜਿੱਥੇ ਜਿੱਥੇ ਇਹ ਸ਼ਬਦ ਜਿਵੇਂ ਆਪਾਂ ਨਾਗਰੀ ਸ਼ਬਦ ਬੋਲਦੇ ਆ ਐਂ ਬੋਲਿਆ ਯਾਰ ਇਹਨੂੰ ਤੁਸੀਂ ਮਾੜਾ ਕਿਉਂ ਸਮਝਦੇ ਹੋ ਠੀਕ ਆ ਠੀਕ ਹੈ ਨਾ ਬਾਕੀ ਜੋ ਉਹਦੇ ਵਿੱਚ ਜ਼ਿਕਰ ਹੋਇਆ ਹੈ ਜਾਂ ਗੱਲਬਾਤ ਹੋਈ ਹੈ ਮੈਂ ਨਹੀਂ ਸਮਝਦਾ ਵੀ ਉਹ ਵਿਆਹ ਤੋਂ ਕੋਈ ਬਾਹਰਲੀ ਗੱਲ ਹੈ ਮੈਂ ਉਹ ਭਾਵਨਾ ਮੈਂ ਇਹਨੇ ਮੁੰਡਾ ਮੁੰਡਾ ਨੇ ਸਕੂਲੀ ਤੋਂ ਘਰ ਜਦੋਂ ਕਿਆ ਕਹਿੰਦੇ ਇਹ ਉਹ ਬੜਾ ਤੁਸੀਂ ਚਿੱਤਰਾ ਉਹ ਪੂਰਾ ਗਾ ਜਿਹੜਾ ਉਹ ਮਾਹੌਲ ਵਿਆਹ ਦਾ ਪੂਰਾ ਸੀਨ ਚਿੱਤਰਿਆ ਹੋਇਆ ਜੀ ਅੱਛਾ ਇੱਕ ਗੀਤ ਹੋਰ ਬੜਾ ਜੀ ਖਾਸ ਆ ਤੁਹਾਡਾ ਅਸੀਂ ਵੀ ਅਕਸਰ ਸੁਣਦੇ ਰਹਿੰਦੇ ਹਾਂ ਕੀ ਕਹਿੰਦਾ ਸੀ ਰਾਤੀ ਬਾਪੂ ਜੀ ਜਾ ਜੀ ਤੈਨੂੰ ਇਹ ਬੜੇ ਚੱਕਰ ਹੋ ਜਾਂਦਾ ਬੜੀ ਗੱਲ ਘੁਮਾ ਰਹੇ ਲੈਂਦੀ ਤੁਸੀਂ ਫਿਰ ਬਣ ਨੂੰ ਤੂੰ ਦੱਸ ਵਾਲੀ ਤੋਂ ਹਾਂ ਬਸ ਕਈ ਬੰਦੇ ਜਿਹੜਾ ਘਰ ਪੂਰਾ ਇੱਕ ਗੀਤ ਕਰ ਸੰਚਾਰ ਸਾਧਨ ਤੇ ਜ਼ਿਆਦੇ ਹੋ ਗਏ ਜੀ ਜਿਹੜੀ ਗੱਲ ਮੈਂ ਹੁਣ ਮੂੰਹ ਚੋਂ ਕੱਢਦਾ ਨਾ ਉਹ ਯਾਰ 15 ਮਿੰਟ ਨੂੰ ਪੂਰੇ ਵਰਡ ਚ ਘੁੰਮ ਜਾਂਦੇ ਉਦੋਂ ਜੇ ਕੋਈ ਮੇਰੇ ਵਰਗਾ ਗਾਲ ਧੁੱਪੜ ਕੱਢ ਵੀ ਦਿੰਦੀ ਉਹਦੇ ਤੱਕ ਹੀ ਸੀਮਤ ਰਹਿ ਜਾਂਦੀ ਹੁਣ ਅਗਲੇ ਦੇ ਕੰਨਾਂ ਚ ਪੈਂਦੀ ਆ ਸਿੱਧੀ ਜਾ ਕੇ ਇਸ ਕਰਕੇ ਵੀ ਥੋੜਾ ਜਿਹਾ ਵੱਧ ਗਿਆ ਇਹ ਕੰਮ ਉਹ ਤਾਂ ਬ੍ਰੇਕਿੰਗ ਨਿਊਜ਼ ਬਣਾ ਦਿੰਦੇ ਅੱਜ ਕੱਲ੍ਹ ਉਸ ਚੀਜ਼ ਨੂੰ ਜੇ ਕੋਈ ਮੂੰਹ ਚੋਂ ਸ਼ਬਦ ਗਲਤ ਨਿਕਲਗਾ ਉਹਨੂੰ ਤਾਂ ਹਾਈਲਾਈਟ ਕਰ ਹਾਈਲਾਈਟ ਕਰ ਲੈਣ ਚੰਗੀ ਦੱਬ ਲੈਣਗੇ ਮਾੜੀ ਮਾੜੀ ਉਭਾਰ ਦੇਣਗੇ ਹਾਂ ਸ਼੍ਰੀ ਕੁਲਦੀਪ ਮਾਨਕ ਹੋਰਾਂ ਨੇ ਵੀ ਤੁਹਾਡੇ ਦੋ ਗੀਤ ਰਿਕਾਰਡ ਕਰਾਏ ਹਾਂਜੀ ਹਾਂਜੀ ਉਹਨਾਂ ਦੇ ਨਾਲ ਕਦੀ ਜ਼ਿੰਦਗੀ 'ਚ ਮੇਲ ਹੋਇਆ ਕਿਵੇਂ ਸਵਾਬ ਬਣਿਆ ਬਸ ਇਹ ਮੇਰੀ ਬਦਕਿਸਮਤੀ ਹੈ ਜੀ ਵੀ ਮੈਂ ਉਹਨਾਂ ਨੂੰ ਕਦੇ ਮਿਲ ਨਹੀਂ ਸਕਿਆ ਅੱਛਾ ਗੀਤ ਮੇਰੇ ਕਿਸੇ ਪ੍ਰੋਡਿਊਸਰ ਰਾਹੀਂ ਰਿਕਾਰਡ ਹੋਏ ਨੇ ਅੱਛਾ ਜੀ ਤੇ ਉਹਦੇ ਦੱਸਣ ਮੁਤਾਬਕ ਵੀ ਜਦੋਂ ਉਹਨਾਂ ਨੇ ਮਾਨਕ ਸਾਹਿਬ ਨੂੰ ਰਿਕਾਰਡਿੰਗ ਵੇਲੇ ਗੀਤ ਪੜਾਏ ਅੱਛਾ ਉਹ ਕਹਿੰਦਾ ਜੀ ਮਾਨਕ ਸਾਹਿਬ ਕਹਿੰਦੇ ਵੀ ਗੀਤ ਵਧੀਆ
ਵਧੀਆ ਲਿਖੇ ਹੋਏ ਨੇ ਠੀਕ ਹੈ ਉਹ ਕਹਿੰਦਾ ਜੀ ਬਾਣੀਆਂ ਦਾ ਮੁੰਡਾ ਜੀ ਇਹਨੇ ਲਿਖੇ ਨੇ ਅੱਛਾ ਹਾਂ ਮਾਨ ਸਾਹਿਬ ਹੱਸ ਕੇ ਕਹਿੰਦੇ ਕੁੜੀ ਚੋਦਾ ਬਾਣੀਆਂ ਲਿਖਦਾ ਵਧੀਆ ਉਹ ਆਪਣੇ ਸੁਭਾਅ ਮੁਤਾਬਕ ਬਰਬਾਦ ਹੀ ਨਾ ਬੋਲਣ ਦੇ ਠੀਕ ਹੈ ਉਹਨਾਂ ਦੇ ਸੁਭਾਅ ਉਹ ਗਾਲ ਕੱਢੀ ਜੀ ਤੁਹਾਨੂੰ ਬੋਲੋ ਦਿਲੋਂ ਨਹੀਂ ਸੀ ਉਹ ਨਾ ਨਾ ਨਹੀਂ ਮੈਂ ਤਾਂ ਬਲਕਿ ਯਾਰ ਮਾਨ ਸਮਝਦਾ ਇਸ ਗੱਲ ਦਾ ਤੇ ਕੋਈ ਹੋਰ ਏਦਾਂ ਦੀ ਗੱਲ ਕਿਸੇ ਕਲਾਕਾਰ ਤੋਂ ਹਾਂ ਇੱਕ ਵਾਰ ਸਦੀਕ ਸਾਹਿਬ ਦੱਸਦੇ ਸੀ ਜੀ ਕਹਿੰਦੇ ਕਿਸੇ ਪ੍ਰੋਗਰਾਮ ਤੇ ਬਾਂਸਲ ਮੈਂ ਤੇਰੇ ਵਾਲਾ ਗੀਤ ਗਾਇਆ ਡਾਕਟਰ ਭੀਮ ਛਡਾਉਂਦਾ ਅੱਛਾ ਜੀ ਕਹਿੰਦਾ ਉੱਥੇ ਕੁਦਰਤੀ ਮਾਨ ਸਾਹਿਬ ਬੈਠੇ ਸੀ ਬਾਬੂ ਸਿੰਘ ਮਾਨ ਮਰਾਣਾ ਵਾਲੇ ਜੀ 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 ਹਾਂ ਕਹਿੰਦਾ ਉਹਨਾਂ ਨੇ ਪ੍ਰੋਗਰਾਮ ਤੋਂ ਬਾਅਦ ਮੇਰੇ ਕੋਲ ਸਪੈਸ਼ਲ ਜ਼ਿਕਰ ਕੀਤਾ ਇਸ ਗੀਤ ਦਾ ਅੱਛਾ ਵੀ ਸਦੀਕ ਯਾਰ ਇਹ ਗੀਤ ਕਿਹਦਾ ਅੱਛਾ ਤੇ ਕਹਿੰਦਾ ਮੈਂ ਆਖਿਆ ਜੀ ਐਂ ਕਰਕੇ ਵੀ ਨਵਾਂ ਹੀ ਆ ਮੁੰਡਾ ਸੁਰੇਸ਼ ਬਾਂਸਲ ਠੀਕ ਆ ਮਹਾਜਨਾ ਦਾ ਮੁੰਡਾ ਬਾਣੀਆਂ ਦਾ ਠੀਕ ਆ ਵੀ ਉਹਦਾ ਗੀਤ ਲਿਖਿਆ ਹੋਇਆ ਹੈ ਅੱਛਾ ਜੀ ਕਹਿੰਦਾ ਸਦੀਕ ਸਾਹਿਬ ਮਾਨ ਸਾਹਿਬ ਨੇ ਕਹਿੰਦਾ ਸਪੈਸ਼ਲੀ ਮੈਨੂੰ ਕਿਹਾ ਵੀ ਯਾਰ ਬੜੀ ਬੋਲੀ ਜਿਹੜੀ ਹੈ ਠੇਠ ਹੈ ਹੋ ਗਏ ਕੰਗਣ ਵਰਗੇ ਇਲਾਜ ਕਰਾ ਕੇ ਉਹ ਤੋਂ ਠੀਕ ਆ ਕਿਹੜਾ ਸਾਲਾ ਛੱਡ ਦੂ ਨਾਲੇ ਕੌਣ ਛਡਾ ਦੂਗਾ ਸੱਤ ਵਿਚਾਲੇ ਖੜ ਕੇ ਅਮਲੀ ਮੋਚ ਬਣਾ ਹਾਂ ਕਹਿੰਦਾ ਵੀ ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ ਹਾਂ ਮੈਨੂੰ ਜਦੋਂ ਸਦੀਕ ਸਾਹਿਬ ਨੇ ਦੱਸਿਆ ਮੈਂ ਬੜਾ ਆਪਦੇ ਆਪ ਤੇ ਮਾਣ ਮਹਿਸੂਸ ਕੀਤਾ ਤੁਸੀਂ ਇੱਕ ਕਿਸਮ ਦਾ ਆਸ਼ੀਰਵਾਦ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਮੇਰਾ ਹੌਸਲਾ ਹੋਰ ਵੱਧ ਗਿਆ ਮੈਨੂੰ ਲੱਗਿਆ ਵੀ ਮੈਂ ਕੁਛ ਨਾ ਕੁਛ ਠੀਕ ਲਿਖਣਾ ਇਹ ਹੌਸਲਾ ਵੀ ਵੱਧ ਜਾਂਦਾ ਮਾਨ ਸਾਹਿਬ ਇੱਕ ਫਿਰ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਬਿਲਕੁਲ ਇਹ ਤਾਂ ਵੱਧ ਹੀ ਹੈ ਜੀ ਇਹਦੇ ਤੋਂ ਸਿਰੇ ਦੀ ਗੱਲ ਮੈਂ ਲਿਖੂਗਾ ਵੀ ਆਪਾਂ ਉਹ ਲੈਵਲ ਤੋਂ ਹੇਠਾਂ ਨਾ ਜਾਈਏ ਪ੍ਰਕਾਸ਼ਨ ਸਰਹੰਦ ਵਾਲਿਆਂ ਨੇ ਛਾਪੀਆਂ ਨੇ ਹਾਂ ਉਹਦੇ ਚ 30 ਗੀਤ ਹੁੰਦੇ ਸੀ ਹਾਂ ਕੁਛ ਰਿਕਾਰਡ ਹੋਏ ਹੁੰਦੇ ਸੀ ਕੁਛ ਅਨ ਰਿਕਾਰਡ ਗੀਤ ਹੁੰਦੇ ਸੀ ਉਹਦੇ ਗੀਤਾਂ ਦਾ ਹੋ ਗਿਆ ਜੀ ਕਿਤਾਬ ਦਾ ਹੋ ਗਿਆ ਫਿਲਮਾਂ ਚ ਨਹੀਂ ਕਦੇ ਕੋਈ ਗੀਤ ਲਿਖੇ ਫਿਲਮ ਚ ਮੇਰੇ ਦੋ ਕੁ ਫਿਲਮਾਂ ਚ ਗੀਤ ਆਏ ਨੇ ਇੱਕ ਤਾਂ ਪੁੱਤ ਸਰਦਾਰਾਂ ਦੇ ਚ ਅੱਛਾ ਜੀ ਤੇ ਇੱਕ ਟੈਲੀ ਫਿਲਮ ਦੀ ਕਾਕਾ ਜੰਮ ਪਿਆ ਅੱਛਾ ਉਹਦੇ ਚ ਵੀ ਮੇਰੇ ਦੋ ਕੁ ਗੀਤ ਲਿਖੇ ਹੋਏ ਸੀ ਜੀ ਠੀਕ ਠੀਕ ਆ ਹਾਂਜੀ ਅੱਜ ਜਿਵੇਂ ਫਿਲਮਾਂ ਪੰਜਾਬੀ ਬਹੁਤ ਬਣ ਰਹੀਆਂ ਹਾਂਜੀ ਧੜਾ ਧੜ ਪ੍ਰੋਡਿਊਸ ਹੋ ਰਹੀਆਂ ਆ ਰਹੀਆਂ ਰਿਲੀਜ਼ ਹੋ ਰਹੀਆਂ ਬੜਾ ਬੁਲੰਦੀਆਂ ਨੂੰ ਛੂ ਰਹੀਆਂ ਉਹਦੇ ਚ ਜਿਵੇਂ ਤੁਹਾਡੇ ਮਿੱਤਰਾਂ ਨੂੰ ਆਉਂਦੇ ਆ ਗਾਇਕ ਕਰਮਜੀਤ ਅਨਮੋਲ ਜੀ ਉਹਨਾਂ ਦਾ ਬੜਾ ਬੋਲਬਾਲਾ ਅੱਜ ਪ੍ਰੋਡਕਸ਼ਨ ਆਪਣੀ ਉਹਨਾਂ ਦੀ ਸਾਰਾ ਹਾਂਜੀ ਉਹਨਾਂ ਨੇ ਕਦੀ ਹੋਣ ਪਹੁੰਚ ਕੀਤੀ ਹੋਵੇ ਤੁਹਾਡੇ ਦੇ ਬਾਂਸਲ ਸਾਹਿਬ ਕੋਈ ਗੀਤ ਫਿਲਮ ਵਾਸਤੇ ਜਾਂ ਕੋਈ ਇੱਦਾਂ ਦਾ ਸਬੱਬ ਬਣਿਆ ਕਦੀ ਆਉਂਦੇ ਕੋਈ ਪੁੱਛਿਆ ਗਿੱਛਿਆ ਕਿਸੇ ਨੇ ਪਤਾ ਕੀ ਹੈ ਜੀ ਦੇਖੋ ਗਾਹਕ ਤਾਂ ਹੀ ਆਉਂਦਾ ਹੁੰਦਾ ਜੇ ਦੁਕਾਨ ਖੁੱਲੀ ਹੋਵੇ ਜੀ ਠੀਕ ਹੈ ਜੀ ਹੁਣ ਤਕਰੀਬਨ ਗੀਤ ਗੂਤ ਲਿਖਣ ਕਰਨੀ ਮੈਂ ਥੋੜਾ ਜਿਹਾ ਹਟਿਆ ਹੋਈ ਆ ਜੀ ਵਿਰੋਧ ਕਰਦੇ ਹੋ ਹਾਂ ਇਸ ਕਰਕੇ ਬਸ ਉਹਨਾਂ ਦੇ ਸੰਪਰਕ ਚ ਘੱਟ ਆ ਮੈਂ ਅੱਛਾ ਅੱਛਾ ਹਾਂ ਜੇ ਕੋਈ ਅੱਜ ਕਲਾਕਾਰ ਜਾਂ ਤੁਹਾਡਾ ਸਮਕਾਲੀ ਉਸ ਟਾਈਮ ਦਾ ਆ ਕੇ ਕਹੇ ਕਿ ਬਾਂਸਲ ਸਾਹਿਬ ਲਿਖ ਕੇ ਦਿਓ ਤਾਂ ਕੀ ਹੋ ਰਹੂਗਾ ਤੁਹਾਡਾ ਉਹ ਕੋਸ਼ਿਸ਼ ਕਰੂੰਗਾ ਮੈਂ ਲਿਖਣ ਦੀ ਠੀਕ ਹੈ ਜੀ ਹਾਂ ਇਹ ਨਹੀਂ ਹੈ ਵੀ ਮੈਂ ਗੀਤ ਲਿਖ ਨਹੀਂ ਸਕਦਾ ਜੀ ਆ ਬਸ ਉਹ ਕਈ ਵਾਰੀ ਵਕਤੀ ਤੌਰ ਤੇ ਚੁੱਪ ਆ ਜਾਂਦੀ ਹੈ ਜੀ 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 ਹਾਂ ਰੋਜ ਪਰੌਂਠੇ ਥੋੜੀ ਚੰਗੇ ਲੱਗਦੇ ਤੁਸੀਂ ਜਿਹੜੇ ਟਾਈਮਾਂ ਚ ਤੁਸੀਂ ਲਿਖਿਆ ਮੇਰੇ ਹਿਸਾਬ ਨਾਲ ਪੰਜਾਬੀ ਗਾਇਕੀ ਦਾ ਟੌਪ ਸੀ ਉਸ ਸਿਰਾ ਤੇ ਅੱਜ ਕੱਲ ਦੀ ਗਾਇਕੀ ਨੂੰ ਜਾਂ ਕਿੱਦਾਂ ਦੇਖਦੇ ਹੋ ਤੁਸੀਂ ਯਾਰ ਹੁਣ ਤੁਸੀਂ ਤਾਂ ਮੇਰੇ ਨਾਲ ਕਿਸੇ ਦੀ ਲੜਾਈ ਕਰਾਉਂਦੇ ਹੁਣ ਇਹਦਾ ਪਤੰਦਰ ਟਾਈਮ ਬੰਨ ਲੈਣ ਵੀ ਆ ਜੀ ਫਲਾਨੇ ਮੋੜ ਤੇ ਜੀ 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 ਮੈਂ ਨੀ ਇਹ ਝਮੇਲੇ ਚ ਪੈਂਦਾ ਭਾਈ ਹੁਣ ਵਾਲੇ ਵੀ ਵਧੀਆ ਨੇ ਉਦੋਂ ਵਾਲੇ ਵੀ ਵਧੀਆ ਜੀ 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 ਤੇ ਕੋਈ ਅੱਜ ਦੇ ਗੱਲਾਂ ਬਾਤਾਂ ਕਰਦੇ ਬਹੁਤ ਵਧੀਆ ਗੱਲਾਂ ਤੁਹਾਡੇ ਤੋਂ ਸੁਣੀਆਂ ਨਾ ਕੋਈ ਅੱਜ ਦੇ ਗਾਇਕਾਂ ਨੂੰ ਗੀਤਕਾਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਬਸ ਸੁਨੇਹੇ ਨੂੰ ਤਾਂ ਦੇਖੋ ਇਹ ਸਾਰੇ ਲੋਕ ਹੀ ਨੇ ਜਿਹੜੇ ਗਾਉਣ ਵਾਲੇ ਅੱਜ ਕੱਲ ਦੇ ਜਾਂ ਗੀਤਕਾਰ ਸਾਡੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਨੇ ਜੀ ਕਿਉਂਕਿ ਅਸੀਂ ਤਾਂ ਦਸਵੀਂ ਪੜ੍ਹੇ ਹੋਏ ਹਾਂ ਜੀ ਠੀਕ ਹੈ ਨਾ ਇਹ ਆਪ ਹੀ ਸਿਆਣੇ ਨੇ ਬਸ ਇਹੋ ਜਿਹੇ ਗੀਤ ਰਚਣ ਜਿਹੜੇ ਲੋਕਾਂ ਨੂੰ ਲੱਗਣ ਵੀ ਇਹ ਸਾਡੀਆਂ ਗੱਲਾਂ ਬਾਤਾਂ ਨੇ ਜੀ ਬਿਲਕੁਲ ਹੈਂਜੀ ਉਹਦੇ ਚ ਸਮਾਜਿਕ ਗੱਲ ਆਵੇ ਰਿਸ਼ਤਿਆਂ ਦੀ ਗੱਲ ਆਵੇ ਜੀ ਜੀ ਹੈਂਜੀ ਹੋਰ ਔਕੜਾਂ ਜ਼ਿੰਦਗੀ ਦੀਆਂ ਆਉਣ ਜੀ ਤੇ ਆਪਣੇ ਹਾਸਾ ਠੱਠਾ ਵੀ ਆਵੇ ਬਜਾਏ ਇਸ ਦੇ ਵੀ ਕੋਈ ਮਾੜੀ ਗੱਲ ਕਰੀਏ ਆਪਾਂ ਜੀ ਤੋਂ ਕੋਈ ਮਾੜੀ ਸਿੱਖਿਆ ਲੈਣ ਲੋਕ ਇਹੋ ਜਿਹੇ ਗੀਤਾਂ ਤੋਂ ਬਚਤ ਰੱਖਣੀ ਚਾਹੀਦੀ ਹੈ ਨਿਗੇਜ਼ ਤੋਂ ਥੋੜ੍ਹਾ ਜਿਹਾ ਬਚਣਾ ਚਾਹੀਦਾ ਕਈ ਵਾਰੀ ਮੈਂ ਦੇਖਦਾ ਹੁੰਦਾ ਵੀ ਗੀਤ ਬਹੁਤ ਵਧੀਆ ਹੁੰਦੇ ਆ ਵੀਡੀਓ 'ਚ ਪੱਟੀ ਮੇਚ ਕਰੀ ਪਈ ਹੁੰਦੀ ਠੀਕ ਹੈ ਨਾ ਪੰਜਾਬੀ ਗੀਤ 'ਚ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਜਿਹਦੇ ਨਾ ਝੱਗਾ ਪਾਇਆ ਹੁੰਦਾ ਨਾ ਪਜਾਮਾ ਪਾਇਆ ਹੁੰਦਾ
दर्शकों ऐसा प्रोग्राम असं इतने समाप्त करते हैं। जब तक असी किसी नवे कलाकार नवे अदाकार लैके रूबरू होने तद तक सू दो आ गया। फिर मिलते हैं। सत श्रीकाल जी। सत श्रीकाल।